ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਕਿੱਦਾਂ ਹਾਲ ਚਾਲ ਆ ਤੁਹਾਡੇ? ਉਮੀਦ ਆ ਤੁਸੀਂ ਬਿਲਕੁਲ ਠੀਕ ਹੋਵੋਗੇ। ਅਗਰ ਨਹੀਂ ਆ ਤਾਂ ਅੱਜ ਜ਼ਰੂਰ ਹੋ ਜਾਓਗੇ, ਕਿਉਂਕਿ ਮੈਂ ਤੁਹਾਨੂੰ ਸਿਖਾਉਣ ਵਾਲੀ ਹਾਂ ਸਟੈਪ ਬਾਈ ਸਟੈਪ ਮੇਕਅਪ ਕਿੱਦਾਂ ਕਰੀਦਾ ਆ, ਤਾਂ ਕਿ ਤੁਸੀਂ ਮੇਕਅਪ ਪ੍ਰੋ ਬਣ ਪਾਓ। ਪ੍ਰੋ ਬਣਨ ਦੀ ਲੋੜ ਨਹੀਂ ਆ, ਮੈਨੂੰ ਲੱਗਦਾ ਹਰੇਕ ਨੂੰ ਇੰਨਾ ਕੁ ਮੇਕਅਪ ਕਰਨਾ ਆਉਣਾ ਚਾਹੀਦਾ ਕਿ ਆਪਣੇ ਆਪ ਨੂੰ ਗਲੈਮਰ ਡਿਵੈਲਪ ਕਰ ਪਾਓ ਕਿਸੇ ਈਵੈਂਟ ਲਈ, ਕਿਸੇ ਓਕੇਜ਼ਨ ਲਈ, ਜਾਂ ਫਿਰ ਐਵਰੀ ਡੇ ਵਧੀਆ ਫੀਲ ਕਰਨ ਲਈ। ਜ਼ਿੰਦਗੀ ਸਾਡੀ ਨਾ ਬਹੁਤ ਹੀ ਛੋਟੀ ਆ, ਹਰ ਦਿਨ ਨੂੰ ਆਪਣੇ ਹਿਸਾਬ ਨਾਲ ਜੀ ਲਓ ਜਿੱਦਾਂ ਤੁਸੀਂ ਜੀਣਾ ਚਾਹੁੰਦੇ ਹੋ। ਬਾਅਦ 'ਚ ਫਿਰ ਐਵੇਂ ਰਿਗਰੈਟ ਨਾ ਰਹਿ ਜਾਏ ਕਿ ਯਾਰ ਮੈਂ ਕਿਉਂ ਨਹੀਂ ਕੀਤਾ। ਸੋ ਆਵੇ ਦੇ ਲੁੱਕ ਲੈ ਕੇ ਆਈ ਹਾਂ ਮੈਂ ਤੁਹਾਡੇ ਲਈ, ਜਿਹੜੀ ਬਹੁਤ ਆਸਾਨ ਆ ਐਂਡ ਕਈ ਸਾਰੇ ਤਰੀਕੇ ਨਾਲ ਤੁਸੀਂ ਇਹ ਕਰ ਸਕਦੇ ਹਾਂ। ਲਾਈਕ ਕਈ ਸਾਰੇ ਆਊਟਫਿਟਸ ਨਾਲ ਸੋਹਣੀ ਲੱਗੂਗੀ, ਦੇਸੀ ਆਊਟਫਿਟ ਨਾਲ, ਵੈਸਟਰਨ ਦੇ ਨਾਲ। ਸੋ ਅਗਰ ਤੁਸੀਂ ਸਿੱਖਣਾ ਚਾਹੁੰਦੇ ਕਿ ਇਹ ਮੇਕਅਪ ਕਿੱਦਾਂ ਕਰਨਾ, ਇਹ ਵੀਡੀਓ ਨੂੰ ਜ਼ਰੂਰ ਦੇਖਿਓ। ਪਰ ਅਗਰ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰ ਆਏ ਹਾਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਹੁਤ ਜ਼ਰੂਰੀ ਆ, ਕਿਉਂਕਿ ਅਗਰ ਤੁਸੀਂ ਨਹੀਂ ਕਰੋਗੇ ਤਾਂ ਮੇਰੇ ਫਿਊਚਰ 'ਚ ਆਉਣ ਵਾਲੀਆਂ ਇੰਨੀਆਂ ਸੋਹਣੀਆਂ ਪਿਆਰੀਆਂ ਕਿਊਟ ਵੀਡੀਓਜ਼ ਨੂੰ ਮਿਸ ਕਰ ਦੋਗੇ, ਜੋ ਕਿ ਮੈਂ ਬਿਲਕੁਲ ਨਹੀਂ ਚਾਹੁੰਦੀ, ਕਿਉਂਕਿ ਮੈਂ ਬਹੁਤ ਪਿਆਰੀਆਂ ਐਂਡ ਦਿਲ ਤੋਂ ਵੀਡੀਓਜ਼ ਬਣਾਉਂਦੀ ਹਾਂ। ਅਗਰ ਤੁਸੀਂ ਮਿਸ ਕਰ ਦੋਗੇ ਤਾਂ ਤੁਹਾਡੀ ਜ਼ਿੰਦਗੀ ਅਧੂਰੀ ਰਹਿ ਜਾਏਗੀ। ਜ਼ਰੂਰ ਸਬਸਕ੍ਰਾਈਬ ਕਰ ਲਿਓ ਐਂਡ ਬੈੱਲ ਨੂੰ ਵੀ ਕਲਿੱਕ ਕਰ ਦਿਓ ਤਾਂ ਕਿ ਨੋਟੀਫਿਕੇਸ਼ਨ ਮਿਲ ਜਾਏ ਜਦੋਂ ਨਵੀਂ ਵੀਡੀਓ ਆਏ। ਸੋ ਵਿਦਆਊਟ ਫਰਦਰ ਡਿਊ ਜਲਦੀ ਤੋਂ ਇਸ ਵੀਡੀਓ ਨਾਲ ਸ਼ੁਰੂ ਕਰਦੇ ਹਾਂ। ਐਕਸਾਈਟਡ ਹਾਂ ਮੈਂ ਤੁਹਾਨੂੰ ਸਿਖਾਉਣ ਲਈ ਕਿ ਮੇਕਅਪ ਕਿੱਦਾਂ ਕਰੀਦਾ। ਅਗਰ ਤੁਸੀਂ ਇਹ ਲੁੱਕ ਨੂੰ ਰੀਕ੍ਰੀਏਟ ਕਰੋਗੇ ਤਾਂ ਮੈਨੂੰ ਸੋਸ਼ਲ ਮੀਡੀਆ 'ਤੇ ਟੈਗ ਕਰ ਸਕਦੇ ਹੋ। ਸੋ ਮੇਕਅਪ ਕਰਨ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਓ, ਟੋਨਰ ਲਗਾ ਲਓ, ਮੋਇਸਚਰਾਈਜ਼ਰ ਲਗਾ ਲਓ ਅਤੇ ਸਨਸਕ੍ਰੀਨ ਲਗਾ ਲਓ। ਅਤੇ ਉਸ ਤੋਂ ਬਾਅਦ ਤੁਸੀਂ ਅਗਰ ਚਾਹੁੰਦੇ ਹੋ ਕਿ ਤੁਹਾਡਾ ਮੇਕਅਪ ਲੌਂਗ ਲਾਸਟਿੰਗ ਬਣੇ, ਲਾਈਕ ਸਾਰਾ ਦਿਨ ਰਹੇ, ਤਾਂ ਤੁਸੀਂ ਕੋਈ ਵੀ ਪ੍ਰਾਈਮਰ ਯੂਜ਼ ਕਰ ਸਕਦੇ ਹਾਂ। ਅੱਜ ਮੈਂ ਪ੍ਰਾਈਮਰ ਯੂਜ਼ ਕਰਾਂਗੀ, ਨੈਕਸਟ ਦਾ ਮਾਰਸ਼ਮੈਲੋ। ਕਿ ਇਹ ਪ੍ਰਾਈਮਰ ਬਹੁਤ ਵਧੀਆ ਆ, ਆਈ ਡੋਂਟ ਨੋ, ਠੀਕ ਠਾਕ ਆ, ਬਹੁਤ ਵਧੀਆ ਜਿਹੜਾ ਪ੍ਰਾਈਮਰ ਆ ਮੈਨੂੰ ਲੱਗਾ ਮਿਲਕ ਦਾ, ਪਰ ਇਹ ਹੁਣ ਮੇਰੀਆਂ ਅੱਖਾਂ ਦੇ ਸਾਹਮਣੇ ਆ ਤਾਂ ਇਹੀ ਵਰਤ ਲੈਂਦੇ। ਹੁਣ ਇਹਦੇ 'ਤੇ ਵੀ ਪੈਸੇ ਲਾਏ ਆ, ਥੋੜ੍ਹਾ ਡੈਬਿੰਗ ਮੋਸ਼ਨ 'ਚ ਆਪਣੇ ਪੂਰੇ ਫੇਸ 'ਤੇ ਈਵਨਲੀ ਡਿਸਟ੍ਰੀਬਿਊਟ ਕਰ ਲਾਂਗੇ। ਸੋ ਪ੍ਰਾਈਮਰ ਸਾਡੇ ਚਿਹਰੇ 'ਤੇ ਲੱਗ ਚੁੱਕਾ ਹੈ। ਪ੍ਰਾਈਮਰ ਦਾ ਇਹ ਆ ਕਿ ਜਿਹੜਾ ਵੀ ਤੁਹਾਡੀ ਸਕਿਨ ਦਾ ਕੰਸਰਨ ਆ ਉਹਦੇ ਹਿਸਾਬ ਨਾਲ ਪ੍ਰਾਈਮਰ ਲਗਾ ਲਓ। ਜੇ ਤੁਹਾਡੀ ਸਕਿਨ ਓਇਲੀ ਆ ਤਾਂ ਓਇਲ ਨੂੰ ਕੰਟਰੋਲ ਕਰਨ ਵਾਲਾ ਲਗਾ ਲਓ। ਜੇ ਤੁਹਾਡੀ ਸਕਿਨ ਬਹੁਤ ਡਰਾਈ ਆ ਅਤੇ ਸਕਿਨ ਨੂੰ ਥੋੜ੍ਹਾ ਸ਼ਾਈਨੀ ਐਂਡ ਹਾਈਡਰੇਟਿੰਗ ਦਿਖਾਉਣ ਵਾਲਾ ਲਗਾ ਲਓ। ਅਗਰ ਤੁਹਾਡੇ ਚਿਹਰੇ 'ਤੇ ਬਹੁਤ ਜ਼ਿਆਦਾ ਪੋਰਸ ਆ ਤਾਂ ਉਹਨਾਂ ਨੂੰ ਭਰਨ ਵਾਲਾ ਲਗਾ ਲਓ। ਸੋ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਆ। ਸੋ ਅਗਲਾ ਸਟੈਪ ਆ, ਮੈਂ ਮੇਰੇ ਸਕਾਰਸ ਨੂੰ ਹਾਈਡ ਕਰਨ ਲਈ ਕੰਸੀਲਰ ਲਗਾਉਂਗੀ, ਵਸਾਂਤੀ ਦਾ VO2 ਕਲਰ ਕਰੈਕਟਿੰਗ ਕੰਸੀਲਰ। ਇਹ ਥੋੜ੍ਹਾ ਜਿਹਾ ਔਰੇਂਜ ਸ਼ੇਡ ਦਾ ਹੈ ਅਤੇ ਬਲੈਕ ਨੂੰ ਕੈਂਸਲ ਕਰ ਦਿੰਦਾ ਆ, ਤਾਂ ਕਿ ਯੂਨੋ ਕਵਰੇਜ ਥੋੜ੍ਹੀ ਵਧੀਆ ਆਵੇ, ਕਿਉਂਕਿ ਜਿਹੜੇ ਕਾਲੇ ਮਾਰਕਸ ਆ ਉਹ ਬੜੇ ਜ਼ਿੱਦੀ ਹੁੰਦੇ ਆ, ਉਹ ਕਿਸੇ ਨਾ ਕਿਸੇ ਤਰ੍ਹਾਂ ਤੁਹਾਡੇ ਮੇਕਅਪ ਦੇ ਥੱਲੋਂ ਦਿਖਦਾ ਹੀ ਆ। ਅਤੇ ਇਹ ਜਿਹੜਾ ਐਕਸਟਰਾ ਸਟੈਪ ਤੁਸੀਂ ਕਰੋਗੇ ਨਾ, ਤਾਂ ਉਹ ਛਾਈਆਂ ਨੂੰ ਜਾਂ ਕੋਈ ਵੀ ਦਾਗਾਂ ਨੂੰ ਛੁਪਾਉਣ 'ਚ ਜ਼ਿਆਦਾ ਮਦਦ ਕਰੂਗਾ, ਲੁਕਾਉਣ 'ਚ। ਸੋ ਇਹਨਾਂ ਨੂੰ ਮੈਂ ਆਪਣੇ ਸਕਾਰ ਵਾਲੇ ਏਰੀਏ 'ਤੇ ਲਾ ਲੈਂਦੀ ਹਾਂ ਇੱਦਾਂ, ਅਤੇ ਅੰਡਰ ਆਈਜ਼ 'ਤੇ। ਐਵੇਂ ਕੈਮਰੇ 'ਚ ਲੱਗਦਾ ਪਿਆ ਕਿ ਮੇਰੇ ਡਾਰਕ ਸਰਕਲਸ ਨਹੀਂ ਆ, ਬਟ ਐਕਚੁਲੀ ਹੈਗੇ ਆ, ਕਿਉਂਕਿ ਮੈਨੂੰ ਨਾ ਨੀਂਦ ਬਹੁਤ ਵਧੀਆ ਨਹੀਂ ਆਉਂਦੀ ਅਤੇ ਡਾਰਕ ਸਰਕਲਸ ਦੀ ਕਾਇੰਡ ਆਫ ਸ਼ੁਰੂਆਤ ਹੋ ਚੁੱਕੀ ਆ। ਪਹਿਲਾਂ ਮੈਨੂੰ ਡਾਰਕ ਸਰਕਲਸ ਦੀ ਪ੍ਰੋਬਲਮ ਇੰਨੀ ਜ਼ਿਆਦਾ ਨਹੀਂ ਸੀ, ਪਰ ਹੁਣ ਮੈਂ ਨੋਟਿਸ ਕੀਤਾ ਜਦੋਂ ਮੈਂ ਸਵੇਰੇ ਉੱਠ ਕੇ ਆਪਣਾ ਮੂੰਹ ਸ਼ੀਸ਼ੇ 'ਚ ਵੇਖਦੀ ਹਾਂ ਨਾ, ਮੈਨੂੰ ਲੱਗਦਾ ਇਹਨਾਂ ਦੀ ਕਮੀ ਇਹ ਹੋਣੇ ਵੀ ਆ ਗਿਆ। ਸੋ ਯਾ, ਇਹ ਉਹਨੂੰ ਛੁਪਾਉਣ 'ਚ ਮਦਦ ਕਰੂਗੇ। ਸੋ ਜੇ ਤੁਹਾਡੇ ਚਿਹਰੇ 'ਤੇ ਕਿਤੇ ਵੀ ਹੋਰ ਕਾਲੇ ਦਾਗ ਆ, ਉਹਨਾਂ 'ਤੇ ਇਹਨਾਂ ਨੂੰ ਇਸ ਪ੍ਰੋਡਕਟ ਨੂੰ ਲਗਾ ਲਓ। ਥੋੜ੍ਹੀ ਜਿਹੀ ਕੁਆਂਟਿਟੀ 'ਚ ਲਾਇਓ, ਬਹੁਤ ਜ਼ਿਆਦਾ ਨਾ ਲਗਾਇਓ। ਹੁਣ ਇੱਥੇ ਇਹ ਆ ਕਿ ਇਸ ਪ੍ਰੋਡਕਟ ਨੂੰ ਸੈੱਟ ਹੋਣ ਦਾਂਗੇ ਅਸੀਂ ਅਰਾਊਂਡ 1 ਮਿੰਟ ਲਈ, 1 ਜਾਂ 2 ਮਿੰਟ ਲਈ, ਕਿਉਂਕਿ ਇੱਕੋ ਦਮ ਜੇ ਤੁਸੀਂ ਇਹਨੂੰ ਬਲੈਂਡ ਕਰਨਾ ਸ਼ੁਰੂ ਕਰ ਦਿੰਦੇ ਹੋ ਨਾ, ਤਾਂ ਉੱਨੀ ਕਵਰੇਜ ਨਹੀਂ ਆਉਣੀ, ਇਹ ਰਿਮੂਵ ਹੋ ਜਾਣਾ ਆ। ਜੇ ਤੁਸੀਂ ਇਹਨੂੰ ਥੋੜ੍ਹਾ ਜਿਹਾ ਥਿੱਕ ਹੋਣ ਦਿਓਗੇ ਫਿਰ ਸੈੱਟ ਕਰੋਗੇ, ਤਾਂ ਉਸੀ ਜਗ੍ਹਾ 'ਤੇ ਟਿੱਕਿਆ ਰਹੂਗਾ ਜਿੱਥੇ ਤੁਸੀਂ ਸਕਾਰਸ ਨੂੰ ਕਵਰੇਜ ਦੇਣਾ ਚਾਹੁੰਦੇ ਆ। ਸੋ ਇਹ ਕੰਮ ਜ਼ਰੂਰ ਕਰਿਓ, ਤਾਂ ਤੁਸੀਂ ਟਾਈਮ ਪਾਸ ਕਰ ਲਓ। ਸੋ ਇਹਨੂੰ ਬਲੈਂਡ ਕਰਨ ਲਈ ਅਸੀਂ ਬ੍ਰੱਸ਼ ਯੂਜ਼ ਕਰਾਂਗੇ। ਬ੍ਰੱਸ਼ ਮੈਨੂੰ ਇਸ ਲਈ ਵਧੀਆ ਲੱਗਦਾ ਕਿ ਉਹਨਾਂ ਜ਼ਿਆਦਾ ਕਵਰੇਜ ਆਉਂਦੀ ਆ, ਔਰ ਇਹ ਬ੍ਰੱਸ਼ਿਸ ਖਰੀਦਣ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ 'ਤੇ ਆ। ਮੇਰੇ ਕੋਲ ਮੇਕਅਪ ਬ੍ਰੱਸ਼ਿਸ਼ ਦੀ ਇੱਕ ਕਿੱਟ ਆ ਜਿਹਦੇ 'ਚ ਸਾਰੇ ਮੇਕਅਪ ਬ੍ਰੱਸ਼ਿਸ਼ ਆ ਜਿਹੜੀ ਵੀ ਤੁਹਾਨੂੰ ਜ਼ਰੂਰਤ ਹੋਊਗੀ ਮੇਕਅਪ ਦੀ ਪੂਰੀ ਲੁੱਕ ਕ੍ਰੀਏਟ ਕਰਨ ਲਈ। ਸੋ ਇਸ ਬ੍ਰੱਸ਼ ਦੇ ਨਾਲ, ਜੋ ਕਿ ਕਾਫੀ ਡੈਂਸ ਆ ਐਂਡ ਫਲੈਟ ਆ, ਡੈਬਿੰਗ ਮੋਸ਼ਨ 'ਚ ਅਸੀਂ ਆਪਣਾ ਕੰਸੀਲਰ ਜਿੱਥੇ ਜਿੱਥੇ ਲਗਾਇਆ ਉਸੇ ਜਗ੍ਹਾ 'ਤੇ ਸੈੱਟ ਕਰ ਲਾਂਗੇ। ਤੁਸੀਂ ਦੇਖ ਸਕਦੇ ਆ ਕਿ ਮੇਰੇ ਸਕਾਰਸ ਕਿੰਨੀ ਚੰਗੀ ਤਰ੍ਹਾਂ ਹਾਈਡ ਹੋ ਚੁੱਕੇ ਆ। ਹੁਣ ਅਸੀਂ ਫਾਊਂਡੇਸ਼ਨ ਲਗਾਵਾਂਗੇ। ਫਾਊਂਡੇਸ਼ਨ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਲਗਾਓ, ਪਰ ਮੈਨੂੰ ਨਾਰਸ ਦਾ ਨੈਚੁਰਲ ਰੇਡੀਐਂਟ ਲੌਂਗ ਵੇਅਰ ਫਾਊਂਡੇਸ਼ਨ ਬਹੁਤ ਵਧੀਆ ਲੱਗਦਾ ਹੈ। ਸ਼ੇਡ ਦਾ ਨਾਮ ਆ ਵਨਾਤੂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਡਿਸਕ੍ਰਿਪਸ਼ਨ ਬਾਕਸ 'ਚ ਛੱਡ ਦਾਂਗੀ, ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਕਿਹੜਾ ਪ੍ਰੋਡਕਟ ਲਗਾਇਆ ਮੈਂ। ਐਂਡ ਇਹਨੂੰ
ਮੇਰੇ ਹੈਂਡ 'ਤੇ ਲੈ ਲਾਂਗੇ, ਇੱਕ ਦੋ ਪੰਪ ਲਾਂਗੇ ਅਸੀਂ, ਔਰ ਇਸੀ ਬ੍ਰਸ਼ ਦੇ ਨਾਲ ਲੈਂਦੇ ਹੋਏ ਸਾਰੇ ਫੇਸ 'ਤੇ ਅਸੀਂ ਈਵਨਲੀ ਲਗਾਵਾਂਗੇ। ਅਸੀਂ ਸ਼ੁਰੂਆਤ ਇਸ ਏਰੀਆ ਤੋਂ ਕਰਾਂਗੇ। ਉਹਦਾ ਰੀਜ਼ਨ ਇਹ ਆ ਕਿਉਂਕਿ ਇਸ ਏਰੀਏ 'ਚ ਜ਼ਿਆਦਾ ਕਵਰੇਜ ਜ਼ਰੂਰਤ ਹੁੰਦੀ ਹੈ ਅਤੇ ਐਂਡ ਤੱਕ ਆਉਂਦੇ ਆਉਂਦੇ ਪ੍ਰੋਡਕਟ ਖਤਮ ਹੋ ਜਾਂਦਾ ਹੈ ਅਤੇ ਬਾਲਾਂ ਬੁਲਾਂ 'ਤੇ ਘੱਟ ਲੱਗਦਾ। ਇਸੇ ਤਰ੍ਹਾਂ ਇਸ ਏਰੀਆ ਤੋਂ ਸ਼ੁਰੂ ਕਰਦੇ ਹੋਏ ਬਾਹਰ ਦੀ ਤਰਫ ਆਵਾਂਗੇ ਐਂਡ ਹੋਰ ਪ੍ਰੋਡਕਟ ਲਓ। ਫਾਊਂਡੇਸ਼ਨ ਲਗਾਉਣ ਲਈ, ਬਲੈਂਡ ਕਰਨ ਲਈ ਇਨਫ ਟਾਈਮ ਲਓ। ਬਲੈਂਡਿੰਗ ਕੀ ਆ ਤਾਂ ਕਿ ਇੱਦਾਂ ਲੱਗੇ ਕਿ ਤੁਹਾਡੀ ਆਪਣੀ ਸਕਿਨ, ਅਦਰਵਾਈਜ਼ ਓਪਰਾ ਦਿਖਦਾ ਬਿਲਕੁਲ ਵਧੀਆ ਨਹੀਂ ਲੱਗਦਾ। ਇਸੇ ਤਰ੍ਹਾਂ ਆਈਜ਼ ਨੂੰ ਵਿੱਚ ਲਪੇਟ ਲਾਂਗੇ ਬ੍ਰਸ਼ ਦੇ, ਨੱਕ ਨੂੰ ਆਪਣੇ ਚਿੰਨ ਤੋਂ ਗਰਦਨ ਵੱਲ ਵੀ ਖਿੱਚ ਦਾਂਗੇ ਕਿਉਂਕਿ ਇੱਦਾਂ ਨਾ ਲੱਗੇ ਕਿ ਗਰਦਨ ਹੋਰ ਆ ਅਤੇ ਮੂੰਹ ਹੋਰ। ਇਸੇ ਲਈ ਨਾ ਫਾਊਂਡੇਸ਼ਨ ਦਾ ਰੰਗ ਪਰਫੈਕਟ ਹੋਣਾ ਚਾਹੀਦਾ ਤਾਂ ਕਿ ਤੁਹਾਡਾ ਮੂੰਹ ਤੁਹਾਡੀ ਗਰਦਨ ਇੱਕ ਦੂਜੇ ਨਾਲ ਮੈਚ ਕਰੇ। ਸੋ ਬਚੇ ਹੋਏ ਪ੍ਰੋਡਕਟ ਨੂੰ ਅਸੀਂ ਫੋਰਹੈਡ 'ਤੇ ਲਗਾ ਲਾਂਗੇ। ਹੁਣ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਹੋਰ ਪ੍ਰੋਡਕਟ ਦੀ ਜ਼ਰੂਰਤ ਆ, ਪਰ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਹੋਰ ਲਗਾਉਣਾ ਚਾਹੀਦਾ ਤਾਂ ਲਗਾਓ। ਪਰ ਇਹ ਆ ਕਿ ਇਹ ਫਾਊਂਡੇਸ਼ਨ ਥੋੜ੍ਹਾ ਜਿਹਾ ਬਹੁਤ ਵਧੀਆ ਕਵਰੇਜ ਦੇ ਦਿੰਦਾ ਆ ਕਿ ਤੁਹਾਨੂੰ ਜ਼ਿਆਦਾ ਐਕਸਟਰਾ ਲਗਾਉਣਾ ਫੀਲ ਨਹੀਂ ਹੁੰਦਾ ਕਿ ਮੈਨੂੰ ਹੋਰ ਚਾਹੀਦਾ ਹੋਰ ਚਾਹੀਦਾ, ਕਿਉਂਕਿ ਜਿੰਨਾ ਜ਼ਿਆਦਾ ਲਗਾਓਗੇ ਉਨਾ ਕੇਕੀ ਜਿਹਾ ਲੱਗੂਗਾ ਚਿਹਰਾ। ਹੁਣ ਅਗਲਾ ਸਟੈਪ ਆਪਣੇ ਚਿਹਰੇ ਨੂੰ ਥੋੜ੍ਹਾ ਜਿਹਾ ਹਾਈਲਾਈਟ ਕਰਾਂਗੇ। ਉਹਦੇ ਲਈ ਮੈਂ ਯੂਜ਼ ਕਰੂੰਗੀ ਮੇਕਅਪ ਰੈਵੋਲਿਊਸ਼ਨ ਦਾ ਕੰਸੀਲੈਂਟ ਡਿਫਾਈਨ ਕੰਸੀਲਰ। ਸ਼ੇਡ ਦਾ ਨਾਮ ਆ C6। ਬਹੁਤ ਪਿਆਰਾ ਆ, ਪੂਰਾ ਹਾਈ ਐਂਡ ਦਾ ਡੂਪ ਆ ਐਂਡ ਇਹਨੂੰ ਬਲੈਂਡ ਕਰਨਾ ਵੀ ਬਹੁਤ ਆਸਾਨ ਆ। ਬਹੁਤ ਸੀਮਲੈਸਲੀ ਤੁਹਾਡੇ ਚਿਹਰੇ 'ਤੇ ਬਲੈਂਡ ਹੁੰਦਾ, ਇੱਦਾਂ ਲੱਗਦਾ ਕਿ ਤੁਸੀਂ ਕਿ ਗਲੋ ਤੁਹਾਡੇ ਚਿਹਰੇ ਦੇ ਅੰਦਰੋਂ ਆਇਆ ਆ। ਘੱਟ ਵੱਧ ਕੁਆਂਟਿਟੀ ਜਿੱਦਾਂ ਤੁਹਾਨੂੰ ਲੱਗਦਾ ਉੱਦਾਂ ਕਰੋ, ਪਰ ਇਹ ਤੁਹਾਡੇ ਡਾਰਕ ਸਰਕਲਸ ਨੂੰ ਪੂਰੀ ਤਰ੍ਹਾਂ ਛੁਪਾ ਦੂਗਾ। ਇਸ ਕੰਸੀਲਰ ਨੂੰ ਨਾ ਬਲੈਂਡ ਥੋੜ੍ਹਾ ਛੇਤੀ ਕਰਿਓ ਕਿਉਂਕਿ ਡਰਾਈ ਛੇਤੀ ਹੋ ਜਾਂਦਾ। ਸੋ ਇੰਨਾ ਬਹੁਤ ਆ। ਇਹਨੂੰ ਬਲੈਂਡ ਕਰਨ ਲਈ ਵੀ ਆਈ ਵਾਲਾ ਬ੍ਰੱਸ਼ ਯੂਜ਼ ਕਰਾਂਗੇ ਕਿਉਂਕਿ ਇੰਨਾ ਬਲੈਂਡ ਬਹੁਤ ਵਧੀਆ। ਮੈਂ ਹਮੇਸ਼ਾ ਚਿੰਨ ਤੋਂ ਸ਼ੁਰੂ ਕਰਦੀ ਫੋਰ ਸਮ ਰੀਜ਼ਨ, ਆਈ ਡੋਂਟ ਨੋ, ਕਿਉਂਕਿ ਮੈਨੂੰ ਲੱਗਦਾ ਕਿ ਇਹਦੇ ਨਾਲ ਇਸ ਜਗ੍ਹਾ ਨੂੰ ਥੋੜ੍ਹੀ ਜਿਹੀ ਹੋਰ ਕਵਰੇਜ ਮਿਲ ਜਾਂਦੀ ਆ, ਸੈੱਟ ਹੋ ਜਾਂਦਾ ਥੋੜ੍ਹਾ। ਦੇਖ ਸਕਦੇ ਕਿੰਨਾ ਵਧੀਆ ਹਾਈਲਾਈਟ ਹੋ ਗਿਆ, ਲਾਈਟ ਰਿਫਲੈਕਟ ਹੋਣ ਲੱਗ ਪਈ। ਫਾਊਂਡੇਸ਼ਨ ਹੋ ਚੁੱਕਾ, ਹਾਈਲਾਈਟਨਿੰਗ ਹੋ ਚੁੱਕੀ ਆ। ਹੁਣ ਮੈਂ ਨਾ ਆਪਣੇ ਫੇਸ ਨੂੰ ਸੈੱਟ ਕਰੂੰਗੀ। ਉਹਨੂੰ ਮੈਂ ਤਿੰਨ ਪ੍ਰੋਡਕਟਸ 'ਚ ਕਰਦੀ ਹਾਂ। ਪਹਿਲਾ ਆ ਕੌਨਟੋਰ, ਇਹਦੇ ਲਈ ਮੈਂ ਲੀਕੁਇਡ ਨਹੀਂ ਯੂਜ਼ ਕਰਦੀ ਕਿਉਂਕਿ ਫਿਰ ਬਹੁਤ ਜ਼ਿਆਦਾ ਪ੍ਰੋਡਕਟ ਹੋ ਜਾਂਦਾ ਤੁਹਾਡੇ ਚਿਹਰੇ 'ਤੇ। ਹੁਣ ਇਹ ਪਾਊਡਰ ਆ ਸਿਟੀ ਬਰਾਊਨਜ਼ਰ ਮੇਬਲੀਨ ਬ੍ਰਾਂਡ ਤੋਂ ਔਰ ਇਹਦਾ ਸ਼ੇਡ ਆ 300। ਇਹਦੇ ਨਾਲ ਇੱਕ ਤਾਂ ਮੇਰਾ ਮੇਕਅਪ ਸੈੱਟ ਹੋ ਜੂਗਾ ਕਿਉਂਕਿ ਇਹ ਪਾਊਡਰ ਆ, ਦੂਜਾ ਮੇਰਾ ਫੇਸ ਕੌਨਟੋਰ ਹੋ ਜੂਗਾ। ਐਂਗਲ ਬ੍ਰਸ਼ ਲਵਾਂਗੇ ਸਿਮੋਰ ਦੀ ਲਾਈਨ 'ਚੋਂ ਹੀ। ਸੋ ਇਹਦੇ 'ਤੇ ਪ੍ਰੋਡਕਟ ਲਾਂਗੇ ਅਤੇ ਸ਼ੁਰੂ ਕਰਾਂਗੇ ਚਿਕ ਬੋਨਸ ਤੋਂ। ਤੁਸੀਂ ਦੇਖ ਸਕਦੇ ਕਿ ਕਿੰਨਾ ਵਧੀਆ ਇਹਦਾ ਪਿਗਮੈਂਟੇਸ਼ਨ, ਕਿੰਨੀ ਆ ਪ੍ਰੋਡਕਟ। ਅਸੀਂ ਥੋੜ੍ਹੀ ਵਧੀਆ ਕੁਆਂਟਿਟੀ 'ਚ ਲਾਵਾਂਗੇ, ਬਾਅਦ 'ਚੋਂ ਐਡਜਸਟ ਕਰ ਦਾਂਗੇ, ਟੈਂਸ਼ਨ ਨਾ ਲਿਓ ਤੁਸੀਂ। ਇਸੇ ਤਰ੍ਹਾਂ ਹੇਅਰ ਲਾਈਨ 'ਤੇ, ਕਿਉਂਕਿ ਹੇਅਰ ਲਾਈਨ 'ਚ ਜਿਹੜਾ ਚਿੱਟਾ ਪ੍ਰੋਡਕਟ ਹੁੰਦਾ ਨਾ ਉਹ ਬਹੁਤ ਫੇਕ ਐਂਡ ਅਗਲੀ ਲੱਗਦਾ। ਇੱਦਾਂ ਅਗਰ ਤੁਹਾਡਾ ਮੱਥਾ ਵੱਡਾ ਆ ਤਾਂ ਤੁਸੀਂ ਉਹਨੂੰ ਥੋੜ੍ਹਾ ਛੋਟਾ ਦਿਖਾ ਸਕਦੇ ਹੋ ਇਸ ਟ੍ਰਿਕ ਨਾਲ, ਪਰ ਮੇਰਾ ਠੀਕ ਠਾਕ ਆ ਅਤੇ ਮੈਂ ਬਹੁਤ ਜ਼ਿਆਦਾ ਨਹੀਂ ਲਗਾਉਂਗੀ ਡਬਲ ਚਿੰਨ 'ਤੇ। ਤੁਸੀਂ ਨੋਜ਼ ਨੂੰ ਨਾ ਵਧੀਆ ਤਰੀਕੇ ਨਾਲ ਕੌਂਟੋਰ ਕਰ ਸਕਦੇ, ਪਰ ਮੈਂ ਕਾਹਲੀ ਕਾਹਲੀ 'ਚ ਐਵੇਂ ਹੀ ਕਰਦੀ ਹਾਂ। ਐਂਡ ਮੈਂ ਚਾਹੁੰਦੀ ਹਾਂ ਕਿ ਤੁਹਾਨੂੰ ਵੀ ਬਹੁਤ ਜ਼ਿਆਦਾ ਸਟੈਪਸ 'ਤੇ ਭੁਲੇਖੇ 'ਚ ਨਾ ਪਾਇਆ ਜਾਏ, ਅਤੇ ਤੁਸੀਂ ਵੀ ਇੱਦੀ ਕਰ ਸਕਦੇ ਥੋੜ੍ਹਾ ਜਿਹਾ ਆਈਸ 'ਤੇ ਵੀ, ਤਾਂ ਕਿ ਉਹ ਵੀ ਥੋੜ੍ਹੀਆਂ ਕੌਂਟੋਰ। ਹੁਣ ਵਧੀਆ ਅਮਾਊਂਟ 'ਚ ਅਸੀਂ ਪ੍ਰੋਡਕਟ ਲਗਾ ਲਿਆ। ਸੋ ਅਗਲਾ ਸਟੈਪ ਮੈਂ ਨਾ ਬਲੱਸ਼ ਲਗਾ ਲੈਂਦੀ ਹਾਂ, ਇੱਦਾਂ ਹੀ ਮੇਕਅਪ ਨੂੰ ਰਹਿਣ ਦਿੰਦੀ ਹਾਂ। ਮਿਲਾਨੀ ਦਾ ਬੇਕਡ ਪਾਊਡਰ ਬਲੱਸ਼ ਆ, ਬਹੁਤ ਜ਼ਿਆਦਾ ਖੂਬਸੂਰਤ ਸ਼ੇਡ ਆ, ਲਿਊਮੀਨੋਸੋ ਇਹਦਾ ਨਾਮ, 05 ਨੰਬਰ ਆ। ਹਰੇਕ ਬਰਾਊਨ ਸਕਿਨ 'ਤੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਆ। ਹੁਣ ਸਿਮੋਰ ਦੇ ਬ੍ਰਸ਼ਸ 'ਚੋਂ ਜਾਂ ਫਲੱਫੀ ਬ੍ਰਸ਼ ਲਾਂਗੇ ਐਂਡ ਵਧੀਆ ਪ੍ਰੋਡਕਟ ਲੈ ਕੇ ਆਪਣੀ ਚਿਕਸ 'ਤੇ ਲਗਾ ਲਾਂਗੇ ਕਿਉਂਕਿ ਬਰਾਊਨ ਸਕਿਨ 'ਤੇ ਵਧੀਆ ਦਿਖਣ ਵਾਲੇ ਬਲੱਸ਼ ਬਹੁਤ ਔਖੇ ਮਿਲਦੇ ਆ, ਔਰ ਇਹ ਵਨ ਆਫ ਦੋਜ਼ ਆ ਜਿਹੜਾ ਬਲੱਸ਼ ਵੀ ਕਰ ਦਿੰਦਾ ਐਂਡ ਸ਼ਾਈਨ ਵੀ, ਐਂਡ ਸਾਰਾ ਦਿਨ ਤੁਹਾਡੀਆਂ ਗੱਲਾਂ ਰੋਜ਼ ਹੀ ਰਹਿਣਗੀਆਂ। ਸੋ ਇਹਨਾਂ ਨੂੰ ਗੱਲਾਂ ਦੇ ਇਸ ਏਰੀਆ 'ਚ ਲਗਾਵਾਂਗੇ ਕਿਉਂਕਿ ਉਮਰ ਵੱਧਦੀ ਪਈ ਆ ਨਾ, ਅਤੇ ਜੇ ਜ਼ਿਆਦਾ ਥੱਲੇ ਲਗਾਓਗੇ ਤਾਂ ਤੁਹਾਡਾ ਮੂੰਹ ਨਾ ਲਟਕਿਆ ਹੋਇਆ ਫੀਲ ਹੋਣਾ, ਅਤੇ ਇੱਥੇ ਕੀ ਲਗਾਇਓ, ਜ਼ਿਆਦਾ ਨਾ ਲਗਾਇਓ ਕਿਉਂਕਿ ਫਿਰ ਗੱਲਾਂ ਮੋਟੀਆਂ ਐਂਡ ਵੀਅਰਡ ਲੱਗਦੀਆਂ। ਇਸ ਸਟੈਪ ਤੋਂ ਅਗਲਾ ਸਟੈਪ ਆ ਪਾਊਡਰ ਫਾਊਂਡੇਸ਼ਨ। ਮੈਨੂੰ ਸਫੋਰਾ ਦੇ ਪਾਊਡਰ ਫਾਊਂਡੇਸ਼ਨ ਵਧੀਆ ਲੱਗਦੇ, ਮੈਂ ਇਸ ਲਈ ਯੂਜ਼ ਕਰੀ ਕਿਉਂਕਿ ਸਕਾਰਸ ਹੋਣ ਦੀ ਵਜ੍ਹਾ ਨਾਲ ਜਦੋਂ ਮੈਂ ਇਹਦੇ ਨਾਲ ਆਪਣਾ ਲਿਕੁਇਡ ਫਾਊਂਡੇਸ਼ਨ ਸੈੱਟ ਕਰਦੀ ਹਾਂ ਤਾਂ ਉਹਨੂੰ ਥੋੜ੍ਹੀ ਹੋਰ ਕਵਰੇਜ ਮਿਲ ਜਾਂਦੀ ਆ। ਇਹਦਾ ਨੰਬਰ ਆ 26। ਬਿਗ ਫਲੱਫੀ ਬ੍ਰੱਸ਼ ਹੀ ਲਾਂਗੇ, ਪਾਊਡਰ ਲੈ ਕੇ ਐਕਸੈਸ ਨੂੰ ਉਤਾਰ ਕੇ ਹੌਲੀ ਹੌਲੀ ਆਪਣਾ ਫੇਸ ਆਪਾਂ ਸੈੱਟ ਕਰਾਂਗੇ ਔਰ ਬਲੈਂਡ ਕਰਦੇ ਜਾਵਾਂਗੇ ਜਿਹੜਾ ਵੀ ਅਸੀਂ ਪ੍ਰੋਡਕਟ ਜ਼ਿਆਦਾ ਲਗਾਇਆ। ਆਈਜ਼ ਦੀਆਂ ਕਰੀਜ਼ ਵੀ ਥੋੜ੍ਹੀ ਸੈੱਟ ਕਰ ਦਾਂਗੇ ਇਸੀ ਪ੍ਰੋਡਕਟ ਨਾਲ, ਫੋਰਹੈਡ ਵੀ।
ਸੋ ਇਸ ਤਰ੍ਹਾਂ ਸਾਡਾ ਫੇਸ ਹੋ ਚੁੱਕਾ ਹੈ ਸੈੱਟ, ਸਾਡਾ ਸਾਰਾ ਫੇਸ ਹੁਣ ਪ੍ਰੋਪਰਲੀ ਵਧੀਆ ਸੈੱਟ ਹੋ ਗਿਆ। ਅਗਲਾ ਪ੍ਰੋਡਕਟ, ਅਗਲਾ ਕੰਮ ਕਰਾਂਗੇ ਆਈਬ੍ਰੋਜ਼ ਨੂੰ ਫਿਲ ਕਰਨ ਦਾ। ਸਪੂਲੀ ਲੈ ਕੇ ਮੈਂ ਨਾ ਆਈਬ੍ਰੋਜ਼ ਦੇ ਵਾਲਾਂ ਨੂੰ ਬ੍ਰਸ਼ ਕਰ ਲੈਂਦੀ ਹਾਂ, ਕਿਉਂਕਿ ਜਦੋਂ ਫੇਸ ਦਾ ਪ੍ਰੋਡਕਟ ਲੱਗਦਾ ਨਾ ਤੇ ਫਿਰ ਉਹ ਵਿਚਾਰੇ ਧੁੰਦਲੇ ਹੋ ਜਾਂਦੇ ਆ, ਅਜੀਬ ਜਿਹੇ ਹੋ ਜਾਂਦੇ ਆ। ਇਹਦੇ ਉੱਤੇ ਹੀ ਜਦੋਂ ਇਹ ਮੇਕਅਪ ਕਰ ਲਿਆ ਫਿਰ ਉਹ ਦਿਖਣਾ ਸ਼ੁਰੂ ਹੋ ਜਾਂਦਾ ਇੱਦਾਂ ਨਾ, ਕਲੀਨ ਹੋ ਗਿਆ। ਹੁਣ ਇਹਨੂੰ ਫਿਲ ਕਰਨ ਲਈ ਮੈਂ ਯੂਜ਼ ਕਰਦੀ ਹਾਂ ਲੋਰੀਅਲ ਦੀ ਬਰੋ ਜੈਲ। ਬਹੁਤ ਜ਼ਿਆਦਾ ਵਧੀਆ ਪ੍ਰੋਡਕਟ ਆ, ਪੂਰਾ ਹਾਈ ਐਂਡ ਕਿਸਮ ਦਾ ਐਂਡ ਸਸਤਾ ਵੀ ਆ। ਸੋ ਐਂਗਲ ਬ੍ਰਸ਼ 'ਤੇ ਲੈ ਕੇ ਅਸੀਂ ਆਈਬ੍ਰੋਜ਼ ਨੂੰ ਫਿਲ ਕਰ ਲਾਂਗੇ। ਹੁਣ ਆਈਬ੍ਰੋਜ਼ ਨੂੰ ਬਹੁਤ ਸਿੰਪਲ ਤਰੀਕੇ ਨਾਲ ਮੈਂ ਫਿਲ ਕਰਦੀ, ਤੁਸੀਂ ਦੇਖਦੇ ਹਾਂ ਕਿ ਮੇਰੀ ਗਰੋਥ ਹੋ ਕੇ ਕਾਇੰਡ ਆ, ਬੁਰੀ ਨਹੀਂ ਆ। ਸੋ ਮੈਂ ਬ੍ਰਸ਼ ਲੈ ਕੇ ਇੱਕ ਲਾਈਨ ਕ੍ਰੀਏਟ ਕਰਦੀ ਹਾਂ ਨੈਚੁਰਲ ਬ੍ਰੋਜ਼ ਦੇ ਥੱਲੇ। ਸੋ ਜਦੋਂ ਇਹ ਕ੍ਰੀਏਟ ਹੋ ਗਈ ਤਾਂ ਮੈਂ ਬ੍ਰਸ਼ ਦੇ ਸਟ੍ਰੋਕ ਇਸ ਤਰਫ ਮਾਰਨੇ ਜਿੱਦਾਂ ਨੈਚੁਰਲ ਵਾਲਾਂ ਦੀ ਗਰੋਥ ਹੁੰਦੀ ਆ, ਪਿੱਛੋਂ ਸ਼ੁਰੂ ਕਰਕੇ ਅੱਗੇ ਦੀ ਤਰਫ, ਕਿਉਂਕਿ ਜੇ ਅੱਗੇ ਜ਼ਿਆਦਾ ਪ੍ਰੋਡਕਟ ਲੱਗ ਜਾਓ ਬੜਾ ਨਕਲੀ ਦਿਖਣਾ ਸ਼ੁਰੂ ਹੋ ਜਾਂਦਾ, ਉਹ ਸਾਨੂੰ ਬਿਲਕੁਲ ਨਹੀਂ ਚਾਹੀਦਾ। ਸੋ ਜਦੋਂ ਇੱਦਾਂ ਹੋ ਗਿਆ ਨਾ ਫਿਰ ਥੋੜ੍ਹਾ ਜਿਹਾ ਹੋਰ ਪ੍ਰੋਡਕਟ ਲੈ ਕੇ ਅਸੀਂ ਉੱਪਰ ਦੀ ਲਾਈਨ ਨੂੰ ਥੋੜ੍ਹਾ ਵਿਜ਼ੀਬਲੀ ਨਾਈਸ ਐਂਡ ਕਲੀਨ ਕਰ ਦਾਂਗੇ ਅਤੇ ਫਿਰ ਅਸੀਂ ਬਚੇ ਹੋਏ ਪ੍ਰੋਡਕਟ ਨੂੰ ਕੋਨੇ 'ਤੇ ਲਗਾਉਂਦੇ ਹੋਏ ਡਰੈਗ ਕਰ ਦਾਂਗੇ, ਕਿਉਂਕਿ ਜਿੱਥੇ ਜ਼ਿਆਦਾ ਪ੍ਰੋਡਕਟ ਹੋਵੇ ਵਧੀਆ ਨਹੀਂ ਲੱਗਦਾ। ਸੋ ਫਿਰ ਬ੍ਰਸ਼ ਕਰ ਦਿਓ ਤਾਂ ਕਿ ਪ੍ਰੋਡਕਟ ਈਵਨਲੀ ਡਿਸਟ੍ਰੀਬਿਊਟ ਹੋ ਜਾਵੇ ਸਾਰੇ ਆਈਬ੍ਰੋਜ਼ 'ਤੇ। ਇੱਦਾਂ ਹੀ ਮੈਂ ਇਹ ਵਾਲਾ ਡਰਾ ਕਰ ਲਾਂਗੀ। ਸੋ ਇਸ ਤਰ੍ਹਾਂ ਸਾਡੇ ਆਈਬ੍ਰੋ ਹੋ ਗਿਆ ਵਧੀਆ ਤਰ੍ਹਾਂ। ਹੁਣ ਇਹਨਾਂ ਨੂੰ ਸੈੱਟ ਕਰਨ ਲਈ ਮੈਂ ਯੂਜ਼ ਕਰਦੀ ਹਾਂ ਮੇਬਲਿਨ ਦਾ ਗ੍ਰੇਟ ਲੈਸ਼ ਮਸਕਾਰਾ। ਇਹ ਬਰਾਊਨ ਕਲਰ ਦਾ ਆ ਔਰ ਫਿਰ ਵਾਲਾਂ ਨੂੰ ਵਧੀਆ ਤਰ੍ਹਾਂ ਕਰ ਦਿੰਦਾ ਤਾਂ ਕਿ ਸਾਰਾ ਦਿਨ ਮੇਕਅਪ ਉਸੇ ਤਰ੍ਹਾਂ ਰਹੇ, ਅਨਲੈਸ ਤੁਸੀਂ ਇਹਨੂੰ ਆਪ ਰਿਮੂਵ ਕਰੋਗੇ ਤਾਂ। ਵਧੀਆ ਹੋ ਗਿਆ। ਹੁਣ ਅਗਲਾ ਸਟੈਪ ਅਸੀਂ ਆਈ ਮੇਕਅਪ ਕਰਦੇ ਹਾਂ ਕੁਇਕਲੀ। ਸੋ ਮੈਂ ਆਈ ਮੇਕਅਪ ਥੋੜ੍ਹਾ ਵਧੀਆ ਦੇਸੀ ਕਿਸਮ ਦਾ ਰੱਖਣਾ ਚਾਹੁੰਦੀ ਹਾਂ ਪਰ ਬਹੁਤ ਆਸਾਨ। ਸੋ ਉਹਦੇ ਲਈ ਤੁਸੀਂ ਕੋਈ ਵੀ ਨੈਚੁਰਲ ਦਿਖਣ ਵਾਲੀ ਪੈਲਟ ਯੂਜ਼ ਕਰੋ। ਮੈਂ ਮੋਰਫੀ ਦੀ ਆਹ ਪੈਲਟ ਯੂਜ਼ ਕਰਾਂਗੀ ਜਿਹਦਾ ਨੰਬਰ ਆ 25D। ਇਹਦੇ 'ਚ ਸਾਰੇ ਬਰਾਊਨ ਸ਼ੇਡਸ ਆ ਇਸ ਕਿਸਮ ਦੇ, ਇਹਨਾਂ ਨਾਲ ਹੀ ਪਲੇ ਕਰਾਂਗੇ ਕਿਉਂਕਿ ਜੇ ਤੁਹਾਡੇ ਕੋਈ ਵੀ ਆਈ ਸ਼ੈਡੋ ਦੀ ਪੈਲਟ ਆ ਉਹਦੇ 4 ਸ਼ੇਡਸ ਹੋਣ ਦਾ ਚਾਂਸਿਸ ਬਹੁਤ ਜ਼ਿਆਦਾ ਆ। ਤੁਹਾਨੂੰ ਸਾਰੇ ਉਹ ਮੇਕਅਪ ਪ੍ਰੋਡਕਟ ਨਹੀਂ ਚਾਹੀਦੇ ਜਿਹੜੇ ਮੈਂ ਯੂਜ਼ ਕੀਤੇ ਆ, ਪਰ ਤਰੀਕਾ ਇਹ ਫੋਲੋ ਕਰ ਸਕਦੇ ਹਾਂ ਆਪਣੇ ਪ੍ਰੋਡਕਟ ਯੂਜ਼ ਕਰੋ। ਸੋ ਮੈਂ ਜਿਹੜਾ ਯੂਜ਼ ਕੀਤਾ ਹੋਇਆ ਸਭ ਤੋਂ ਜ਼ਿਆਦਾ ਉਸ ਸ਼ੇਡ ਨੂੰ ਲੈ ਕੇ ਐਕਸੈਸ ਨੂੰ ਉਤਾਰ ਦਿਉ, ਨਹੀਂ ਤਾਂ ਤੁਹਾਡੇ ਮੇਕਅਪ ਚਿਹਰੇ 'ਤੇ ਡਿੱਗ ਜਾਣਾ। ਸੋ ਆਪਣੀ ਆਈ ਦੇ ਇਸ ਕੋਰਨਰ ਤੋਂ ਸ਼ੁਰੂ ਕਰਾਂਗੀ ਐਂਡ ਕਰੀਸ 'ਚ ਲਿਜਾ ਕੇ ਅੰਦਰ ਦੀ ਤਰਫ ਐਂਡ ਦੈਨ ਇਹਨੂੰ ਬ੍ਰਸ਼ ਨੂੰ ਬਾਹਰ ਦੀ ਤਰਫ, ਜਦੋਂ ਬਾਹਰ ਨੂੰ ਲੈ ਕੇ ਜਾਵਾਂਗੇ ਨਾ ਹੌਲੀ ਹੌਲੀ ਚੱਕ ਲਾਂਗੇ ਤਾਂ ਕਿ ਇੱਥੇ ਇੱਕ ਵਿੰਗ ਜਿਹਾ ਬਣ ਜਾਏ। ਸੀ ਕਿੰਨਾ ਪਿਆਰਾ ਹੋ ਗਿਆ। ਇਸੀ ਤਰ੍ਹਾਂ ਇਸ ਤਰਫ ਕਰ ਲਾਂਗੇ ਅੰਦਰ ਦੀ ਤਰਫ ਕਰੀਸ 'ਚ ਐਂਡ ਵਿੰਗ ਬਾਹਰ ਦੀ ਤਰਫ। ਸੋ ਇਹ ਵਾਲੇ ਉਹ ਕਲਰ ਆ ਜਿਹੜੇ ਹਰੇਕ ਬਰਾਊਨ ਗਰਲ ਦੇ ਅੱਛੇ ਲੱਗਣਗੇ। ਸੋ ਫਿਰ ਥੋੜ੍ਹਾ ਜਿਹਾ ਲੈ ਕੇ ਹੁਣ ਫਿਰ ਇਸ ਕਰੀਜ਼ ਨੂੰ ਅੰਦਰ ਦੀ ਤਰਫ ਲਿਆਵਾਂਗੇ ਐਂਡ ਤੱਕ ਇਹਨੂੰ ਐਜ਼ ਆ ਕਰੀਜ਼ ਸ਼ੇਡ ਬਣਾ ਲੈਂਦੇ ਹਾਂ। ਸੋ ਹੁਣ ਤੁਹਾਡੇ 'ਤੇ ਆ ਤੁਸੀਂ ਕਿੰਨੀ ਇੰਟੈਂਸਿਟੀ ਚਾਹੁੰਦੇ ਆ, ਹੋਰ ਇਹਦੇ 'ਚ ਡਾਰਕ ਸ਼ੇਡ ਕਰੋ, ਇਹਨੂੰ ਥੋੜ੍ਹਾ ਡਾਰਕ ਕਰ ਲਓ। ਮੈਂ ਅਵਲਾ ਯੂਜ਼ ਕਰਦੀ ਹਾਂ ਅਤੇ ਇਹਨੂੰ ਥੋੜ੍ਹਾ ਜਿਹਾ ਇੰਟੈਂਸ ਕਰਦੇ ਹਾਂ, ਪਰ ਇਸ ਟਾਈਮ ਅਸੀਂ ਇੰਟੈਂਸ ਕਲਰ ਨੂੰ ਸਿਰਫ ਬਾਹਰ ਹੀ ਰੱਖਣਾ, ਇੱਥੇ ਇੱਦਾਂ ਡੋਟ ਡੋਟ 'ਚ ਕਰਕੇ ਜੋ ਸਾਰਾ ਪ੍ਰੋਡਕਟ ਉੱਤਰ ਗਿਆ ਅੰਦਰ ਦੀ ਤਰਫ ਥੋੜ੍ਹਾ ਜਿਹਾ ਸਟ੍ਰੋਕ ਮਾਰੋ ਥੋੜ੍ਹੇ ਬਾਹਰ ਦੀ ਤਰਫ। ਹੁਣ ਇਹੀ ਪ੍ਰੋਡਕਟ ਨੂੰ ਥੋੜ੍ਹਾ ਲੈ ਕੇ ਲੋਅਰ ਲੈਸ਼ ਲਾਈਨ 'ਤੇ ਵੀ ਲਗਾ ਲਓ। ਟਿੰਗੇ ਪਿੰਗੇ ਮੂੰਹ ਪਤਾ ਨਹੀਂ ਕਿਉਂ ਬਣਦੇ ਆ। ਸੋ ਵੀ ਆਰ ਡਨ। ਹੁਣ ਮੈਂ ਨਾ ਫਿੰਗਰ ਲੈ ਕੇ ਆਹਵਲਾ ਜਿਹੜਾ ਸ਼ੇਡ ਆ ਉਹਨੂੰ ਸਾਰੀ ਆਪਣੀ ਆਈਲੈਟ 'ਤੇ ਲਗਾ ਲੂੰਗੀ। ਇਹ ਵਾਲੇ ਸ਼ੇਡਸ ਉਹ ਆ ਜਿਹੜੇ ਹਰੇਕ ਕੱਪੜਿਆਂ ਨਾਲ ਜਾ ਸਕਦੇ ਆ ਔਰ ਮੈਜੋਰਿਟੀ ਆਫ ਲੁੱਕਸ ਨਾਲ ਜਾ ਸਕਦੇ ਆ, ਦਿਨ ਰਾਤ ਜਦੋਂ ਵੀ ਤੁਹਾਨੂੰ ਚੰਗਾ ਲੱਗਦਾ ਆ ਉਸ ਹਿਸਾਬ ਨਾਲ। ਪਰ ਤੁਸੀਂ ਕਿਸੇ ਵੀ ਲੁੱਕ ਦੇ ਵਿੱਚ ਨਾ ਸ਼ਿਮਰ ਐਡ ਕਰਕੇ ਉਹਨੂੰ ਆਪਣੀ ਨਾਈਟ ਲੁੱਕ ਬਣਾ ਸਕਦੇ ਹਾਂ। ਅਤੇ ਹੁਣ ਇੱਥੇ ਥੋੜ੍ਹਾ ਘੱਟ ਚਾਂਚ ਹੋ ਗਿਆ ਨਾ ਤਾਂ ਮੈਂ ਫਿਰ ਡਾਰਕ ਸ਼ੇਡ ਲੈ ਕੇ ਇਹਨੂੰ ਇੰਟੈਂਸ ਕਰ ਦਾਂਗੇ ਲਿਟਲ ਬਿਟ। ਸੋ ਆਈ ਐਮ ਡਨ। ਹੁਣ ਮੈਂ ਕੀ ਕਰਨਾ ਆ, ਛੋਟੂ ਜਿਹਾ ਇੱਕ ਬ੍ਰਸ਼ ਲੈ ਕੇ ਇਸ ਪੈਲਟ ਦਾ ਸਭ ਤੋਂ ਡਾਰਕੈਸਟ ਸ਼ੇਡ ਛੋਟਾ ਬ੍ਰਸ਼ ਅਤੇ ਮੋਡ ਲੈਸ਼ਸ 'ਚ ਹੋਈਆਂ ਇਸ ਏਰੀਆ ਦੇ ਵਿੱਚ ਇੱਕ ਵਿੰਗ ਕ੍ਰੀਏਟ ਕਰਦੇ। ਪਹਿਲਾਂ ਮੈਂ ਇੱਥੇ ਹੀ ਲਗਾ ਲਿਆ, ਹੁਣ ਇੱਥੋਂ ਵਿੰਗ ਬਾਹਰ ਦੀ ਤਰਫ, ਬਸ ਇਸੀ ਕੋਰਨਰ 'ਚ ਆਪਾਂ ਇਹ ਰੰਗ ਲਗਾਉਣਾ, ਹੋਰ ਕਿਤੇ ਨਹੀਂ ਲਗਾਉਣਾ। ਇਹ ਸਟੈਪ ਨੂੰ ਸਕਿੱਪ ਕਰ ਦਿਓ ਅਗਰ ਤੁਹਾਨੂੰ ਨਹੀਂ ਦਿਲ ਕਰਦਾ ਅਤੇ ਜਾਂ ਤੁਹਾਨੂੰ ਕੰਪਲੀਕੇਟਡ ਲੱਗਦਾ, ਪਰ ਇਹਦੇ ਨਾਲ ਨਾ ਫਿਰ ਇੱਦਾਂ ਅੱਖਾਂ ਨਸ਼ੀਲੀਆਂ ਐਂਡ ਖੂਬਸੂਰਤ ਲੱਗਣ ਲੱਗ ਪੈਂਦੀਆਂ। ਹੁਣ ਤੁਹਾਡੇ ਚਿਹਰਾ ਕਿੱਦਾਂ ਦਾ, ਤੁਹਾਡੀਆਂ ਅੱਖਾਂ ਕਿੱਦਾਂ ਦੀਆਂ, ਇਹ ਤੁਹਾਨੂੰ ਪਤਾ ਨਾ, ਅਤੇ ਤੁਸੀਂ ਐਕਸਪੈਰੀਮੈਂਟ ਕਰੋ, ਪ੍ਰੈਕਟਿਸ ਕਰੋ ਅਤੇ ਆਪਣੀਆਂ ਅੱਖਾਂ ਦੀ ਖੂਬਸੂਰਤੀ ਨੂੰ ਕਿੱਦਾਂ ਵਧਾਉਣਾ ਇਹ ਸਾਰਾ ਤੁਹਾਨੂੰ ਪਤਾ ਆ, ਠੀਕ ਆ। ਸੋ ਹੁਣ ਜਿਹੜਾ ਡਾਰਕ ਸ਼ੇਡ ਮੈਂ ਲਗਾਇਆ ਸੀ ਨਾ, ਥੋੜ੍ਹਾ ਜਿਹਾ ਲੈ ਕੇ ਲੋਅਰ ਲੈਸ਼ 'ਤੇ ਵੀ ਲਗਾ ਲੈਂਦੇ ਹਾਂ। ਸੋ
ਸੋ ਸਾਡਾ ਇਹ ਖੂਬਸੂਰਤ ਕੰਮ ਹੋ ਚੁੱਕਾ ਆ ਐਂਡ ਅੱਜ ਆਪਾਂ ਲਗਾਵਾਂਗੇ ਹੁਣ ਇਹ ਪੰਜਾਬੀ ਲੁੱਕ ਆ ਕਾਇੰਡ ਆਫ ਅਤੇ ਇਹਨੂੰ ਪੂਰਾ ਕਰਨ ਲਈ ਕਾਜਲ ਲਗਾਵਾਂਗੇ ਕਾਜਲ ਬਹੁਤ ਸੋਹਣਾ ਲੱਗਦਾ ਕਈ ਗਰਲਸ ਦੇ ਚਿਹਰੇ 'ਤੇ ਤਾਂ ਬਹੁਤ ਹੀ ਪਿਆਰਾ ਲੱਗਦਾ ਹੁਣ ਤੁਹਾਨੂੰ ਪਤਾ ਤੁਹਾਡੇ 'ਤੇ ਲੱਗਦਾ ਕਿ ਨਹੀਂ ਵੈਸੇ ਮੈਨੂੰ ਲੱਗਦਾ ਹਰੇਕ ਗਰਲ ਦੇ ਚਿਹਰੇ 'ਤੇ ਸੋਹਣਾ ਲੱਗਦਾ ਸੋ ਆਈਜ਼ ਦੇ ਵਿੱਚ ਚੰਗੀ ਤਰ੍ਹਾਂ ਭਰ ਲਾਂਗੇ ਅੰਦਰੋਂ ਸ਼ੁਰੂ ਕਰਾਂਗੇ ਪੂਰੀ ਆਈਜ਼ 'ਤੇ ਕਾਜਲ ਲਗਾ ਲਾਂਗੇ ਔਰ ਜਿਹੜਾ ਮੈਂ ਕਾਜਲ ਯੂਜ਼ ਕਰ ਰਹੀ ਹਾਂ ਉਹ ਆ ਕੈਟ ਵਾਨ ਡੀ ਦਾ ਕੇਕ ਪੈਨਸਲ ਐਂਡ ਸ਼ੇਡ ਦਾ ਨਾਮ ਆ ਟਰੂਪਰ ਬਲੈਕ ਮੈਨੂੰ ਆਪਣੀਆਂ ਆਈਜ਼ 'ਤੇ ਕਾਜਲ ਲਗਾਉਣਾ ਵਧੀਆ ਲੱਗਦਾ ਚੰਗੀ ਅਮਾਊਂਟ ਯੂ ਨੋ ਮੇਰੇ ਕਾਲਜ ਦੇ ਨਾਂ ਦੇ ਵਿੱਚ ਜਾਂ ਜਦੋਂ ਮੈਂ ਚੰਡੀਗੜ੍ਹ ਸੀ ਅਤੇ ਮੈਂ ਉਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਕਾਜਲ ਲਗਾਉਂਦੀ ਸੀ ਮੈਨੂੰ ਲੱਗਦਾ ਮੇਰੇ ਕਾਜਲ ਹੀ ਇੱਕ ਇੱਦਾਂ ਦਾ ਪ੍ਰੋਡਕਟ ਸੀ ਜਿਹੜਾ ਮੈਂ ਯੂਜ਼ ਕਰਦੀ ਸੀ ਬਹੁਤ ਜ਼ਿਆਦਾ ਅਮਾਊਂਟ 'ਚ ਕਿਲੋ ਪਾ ਲੈਂਦੀ ਸੀ ਮੈਂ ਮੇਰੀ ਅੱਖਾਂ 'ਚ ਬਹੁਤ ਜ਼ਿਆਦਾ ਸੋ ਉਹੀ ਵਾਲੀ ਫੀਲਿੰਗ ਲਾਂਗੇ ਉੱਦਾਂ ਹੀ ਆਪਣੀਆਂ ਅੱਖਾਂ ਨੂੰ ਭਰ ਲਾਂਗੇ ਸੋ ਵੰਸ ਤੁਹਾਡਾ ਕਾਜਲ ਲੱਗ ਗਿਆ ਨਾ ਹੁਣ ਮੈਂ ਤੁਹਾਨੂੰ ਇੱਕ ਸਟੈਪ ਦੱਸਣਾ ਚਾਹੂੰਗੀ ਜਿਹਦੇ ਨਾਲ ਤੁਹਾਡਾ ਕਾਜਲ ਫੈਲ ਲੈਣਾ ਜਿਹੜਾ ਪਿੱਧੀ ਬਰੱਸ਼ ਲਿਆ ਸੀ ਨਾ ਇਹ ਤਾਂ ਡਾਰਕ ਬਰਾਊਨ ਸ਼ੇਡ ਲੱਗਾ ਹੋਇਆ ਇਹਦੇ ਨਾਲ ਆਪਣੇ ਕਾਜਲ ਨੂੰ ਬਲੈਂਡ ਕਰ ਦਾਂਗੇ ਐਂਡ ਇਸ ਕਲਰ ਨੂੰ ਸੈੱਟ ਕਰ ਦਾਂਗੇ ਤਾਂ ਕਿ ਜਿੱਦਾਂ ਦਾ ਹੈ ਉਹਦੇ ਰਹੇ ਕਿ ਜਦੋਂ ਤੁਸੀਂ ਪਾਊਡਰ ਯੂਜ਼ ਕਰਦੇ ਨਾ ਕ੍ਰੀਮੀ ਪ੍ਰੋਡਕਟਸ 'ਤੇ ਉਹ ਸੈੱਟ ਹੋ ਜਾਂਦਾ ਉਸੇ ਤਰ੍ਹਾਂ ਇਹਨੂੰ ਅਸੀਂ ਕਰ ਦਾਂਗੇ ਸੈੱਟ ਹੁਣ ਅਸੀਂ ਮਸਕਾਰਾ ਲਗਾਵਾਂਗੇ ਮਸਕਾਰਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਲੋਰੀਅਲ ਦਾ ਲੈਸ਼ ਪੈਰਾਡਾਈਜ਼ ਵੈਸੇ ਤਾਂ ਅੱਜ ਅਸੀਂ ਉਹ ਵੀ ਲਗਾਉਣਾ ਆ ਲੈਸ਼ਿਸ ਵੀ ਲਗਾਉਣੀਆਂ ਪਰ ਅਗਰ ਤੁਸੀਂ ਲੈਸ਼ਿਸ ਨਹੀਂ ਲਗਾਉਣੀਆਂ ਤਾਂ ਖੂਬ ਸਾਰੇ ਕੋਟਸ ਲਗਾਓ ਮਸਕਾਰੇ ਦੇ ਪਰ ਵੀ ਕੇਸ ਮੈਂ ਲੈਸ਼ਿਸ ਲਗਾਵਾਂਗੀ ਤਾਂ ਮੈਂ ਇੱਕੋ ਕੋਟ ਕਰਾਂਗੀ ਐਂਡ ਲੋਅਰ ਲੈਸ਼ਿਸ 'ਤੇ ਮਸਕਾਰਾ ਜ਼ਰੂਰ ਲਗਾਓ ਉਹਨਾਂ ਤੁਹਾਡੀਆਂ ਅੱਖਾਂ ਖੁੱਲੀਆਂ ਖੂਬਸੂਰਤ ਲੱਗਦੀਆਂ ਇਹ ਲੁੱਕ ਨੂੰ ਮੈਂ ਬਹੁਤ ਸਿੰਪਲ ਰੱਖਿਆ ਹੋਇਆ ਕਿਉਂਕਿ ਮੈਂ ਚਾਹੁੰਦੀ ਹਾਂ ਤੁਸੀਂ ਸਾਰੇ ਕਰ ਪਾਓ ਐਵੇਂ ਡਰਮੈਟਿਕ 5-10 ਕਲਰ ਐਂਡ ਇਹਦੇ 'ਚ ਅਗਰ ਗਲਤੀਆਂ ਵੀ ਕਰੋਗੇ ਨਾ ਤਾਂ ਦਿਖਣੀਆਂ ਨਹੀਂ ਪਰ ਅਗਰ ਤੁਸੀਂ ਇਹ ਕੱਟ ਕਰੀਜ਼ ਐਂਡ ਓਵਰਲੇ ਮੇਕਅਪ ਸਿੱਖਣਾ ਚਾਹੁੰਦੇ ਹਾਂ ਉਹ ਵੀ ਸਿਖਾਉਂਗੀ ਤੁਹਾਨੂੰ ਮੈਂ ਪਰ ਉਹਦੇ 'ਚ ਗਲਤੀਆਂ ਅਜੀਬ ਲੱਗਦੀਆਂ ਇਹ ਸੇਫ ਪਲੇ ਕਰਨ ਵਾਲੀ ਗੇਮ ਆ ਔਰ ਵੈਸੇ ਬਹੁਤ ਜ਼ਿਆਦਾ ਕਲਾਸੀ ਐਂਡ ਐਲੀਗੈਂਟ ਲੱਗਦਾ ਆ ਨੈਚੁਰਲ ਦਿਖਣ ਵਰਗਾ ਮੇਕਅਪ ਲੋਅਰ ਲੈਸ਼ਿਸ 'ਤੇ ਅੰਨੇ ਵਾਹ ਮਸਕਾਰਾ ਲਾ ਲਓ ਤਾਂ ਕਿ ਜਿਹੜਾ ਬੰਦਾ ਤੁਹਾਡੀ ਅੱਖਾਂ 'ਚ ਦੇਖੇ ਉਹ ਡੁੱਬ ਵੀ ਜਾਏ ਡੁੱਬ ਕੇ ਮਰ ਨਾ ਜਾਏ ਅੱਖਾਂ 'ਚ ਡੁੱਬ ਜਾਏ ਓਕੇ ਸੋ ਹੁਣ ਆਪਾਂ ਲੈਸ਼ਿਸ ਲਗਾਵਾਂਗੇ ਲੈਸ਼ਿਸ ਲਈ ਯੂਜ਼ ਕਰਾਂਗੇ ਸਿਮੋਰ ਲੈਸ਼ਿਸ ਸਿਮੋਰ ਦੀਆਂ ਲੈਸ਼ਿਸ ਦੁਨੀਆ ਦੀਆਂ ਬੈਸਟ ਲੈਸ਼ਿਸ ਆ ਅਗਰ ਤੁਸੀਂ ਖਰੀਦਣਾ ਚਾਹੁੰਦੇ ਆ ਇਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ 'ਤੇ ਆ ਇਹ ਲਗਜ਼ਰੀ 3D ਮਿੰਕ ਲੈਸ਼ਿਸ ਆ ਫੌਕਸ ਮਿੰਕ ਚਿੰਤਾ ਨਾ ਕਰਿਓ ਪਰ ਬਹੁਤ ਸੋਹਣੀਆਂ ਆ ਔਰ ਕਾਫੀ ਸਾਰੇ ਸਟਾਈਲਸ ਆ ਸਾਡੇ ਕੋਲ ਤੁਸੀਂ ਨੈਚੁਰਲ ਦਿਖਣ ਵਾਲਾ ਚਾਹੁੰਦੇ ਆ ਜਾਂ ਸ਼ਾਦੀ ਵਿਆਹ ਵਾਲਾ ਚਾਹੁੰਦੇ ਆ ਬਹੁਤ ਸਾਰੀਆਂ ਗਰਲਸ ਮੇਰੇ ਤੋਂ ਖਰੀਦੀਆਂ ਆ ਉਹਨਾਂ ਦੇ ਵਿਆਹ ਵਾਲੇ ਦਿਨ 'ਚ ਪਾਉਣ ਲਈ ਬੜਾ ਮਜ਼ਾ ਆਉਂਦਾ ਮੈਨੂੰ ਕਿ ਉਹਨਾਂ ਨੇ ਆਪਣੇ ਵਿਆਹ ਵਾਲੇ ਦਿਨ ਲਈ ਮੇਰੀਆਂ ਲੈਸ਼ਿਸ ਨੇ ਚੂਜ਼ ਕੀਤਾ ਸੋ ਜ਼ਰੂਰ ਤੋਂ ਤੁਸੀਂ ਇਹ ਖਰੀਦ ਲਓ ਮੈਂ ਜਿਹੜਾ ਅੱਜ ਸਟਾਈਲ ਲਗਾਉਣਾ ਆ ਉਹ ਗੋਆ ਆ ਵੈਸੇ ਲੈਸ਼ਿਸ ਕਿੱਦਾਂ ਲਗਾਈ ਦੀਆਂ ਇਹਦੀ ਵੀਡੀਓ ਮੇਰੇ ਚੈਨਲ 'ਤੇ ਆਲਰੇਡੀ ਆ ਹਿੰਦੀ 'ਚ ਆ ਬਾਰੋ ਅਗਰ ਤੁਸੀਂ ਪੰਜਾਬੀ 'ਚ ਦੇਖਣਾ ਚਾਹੁੰਦੇ ਆ ਤਾਂ ਦੱਸਿਓ ਸੋ ਲੈਸ਼ਿਸ ਨੂੰ ਗਲੂ ਲਗਾਵਾਂਗੇ ਡਿਊ ਬ੍ਰਾਂਡ ਦਾ ਗਲੂ ਮੈਂ ਲਗਾਉਂਦੀ ਹਾਂ ਇਹ ਬਹੁਤ ਚੰਗਾ ਗਲੂ ਆ ਔਰ ਇਹ ਜਿਹੜਾ ਗਲੂ ਆ ਨਾ ਕਾਲਾ ਆ ਅਤੇ ਫਿਰ ਆਈਲਾਈਨਰ ਵਰਗਾ ਹੋ ਜਾਂਦਾ ਹੁਣ ਲੈਸ਼ਿਸ ਨੂੰ ਲਗਾਉਣ ਲਈ ਇੱਕ ਸਿੰਗਲ ਟਿਪ ਜਿਹੜੀ ਮੈਂ ਤੁਹਾਨੂੰ ਅਗਰ ਦੇਣਾ ਚਾਹਾਂਗੀ ਤਾਂ ਉਹ ਆ ਕਿ ਲੈਸ਼ਿਸ ਦਾ ਜਿਹੜਾ ਗਲੂ ਆ ਉਹ ਡਰਾਈ ਹੋਵੇ ਹੁਣ ਲੈਸ਼ਿਸ ਤੁਸੀਂ ਜ਼ਰੂਰ ਲਗਾਇਆ ਕਰੋ ਕਿਉਂਕਿ ਲੈਸ਼ਿਸ ਤੁਹਾਡੇ ਮੇਕਅਪ ਨੂੰ 0 to 100 ਕਰ ਦਿੰਦੀਆਂ ਲਾਈਕ ਬਿਲਕੁਲ ਤੁਹਾਡੀ ਲੁੱਕ ਡਿਫਰੈਂਟ ਹੋ ਜਾਂਦੀ ਆ ਤੁਹਾਡੀ ਖੂਬਸੂਰਤ ਹੋ ਜਾਂਦੀ ਆ ਲੁੱਕ ਔਰ ਤੁਹਾਡਾ ਜਿੰਨਾ ਵੀ ਬੇਸਿਕ ਆਈ ਮੇਕਅਪ ਆ ਉਹਦੇ 'ਚ 4 ਚੰਦ ਲਗਾਉਂਦੀਆਂ ਲੈਸ਼ਿਸ ਹੁਣ ਰੋਜ਼ ਲੈਸ਼ਿਸ ਨਾ ਲਗਾਓ ਪਰ ਜਿੱਦਾਂ ਤੁਹਾਡਾ ਸਪੈਸ਼ਲ ਓਕੇਜ਼ਨ ਆ ਕੋਈ ਵੈਡਿੰਗ ਆ ਕੋਈ ਪਾਰਟੀ ਆ ਮੈਨੂੰ ਲੱਗਦਾ ਕਿ ਤੁਹਾਨੂੰ ਇੰਨਾ ਕੁ ਮੇਕਅਪ ਆਉਣਾ ਚਾਹੀਦਾ ਕਿ ਤੁਸੀਂ ਆਪਣੇ ਆਪ ਨੂੰ ਗਲੈਮ ਕਰ ਪਾਓ ਔਰ ਤੁਹਾਨੂੰ ਕਿਸੇ 'ਤੇ ਨਾ ਰਹਿਣਾ ਪਏ ਕਿ ਉਹ ਯਾਰ ਉਹਦੇ ਕੋਲ ਮੇਕਅਪ ਕਰਾਵਾਂਗੇ ਜਾਂ ਫਿਰ ਬਾਹਰੋਂ ਜਾ ਕੇ ਕਰਾਓ ਪੈਸੇ ਵੀ ਵੇਸਟ ਹੁੰਦੇ ਆ ਇੰਨਾ ਕੁ ਤੁਸੀਂ ਟੀਚ ਕਰ ਲਓ ਆਪਣੇ ਆਪ ਨੂੰ ਥੋੜ੍ਹਾ ਜਿਹਾ ਆਪਣੇ ਆਪ ਨੂੰ ਗਲੈਮ ਅਪ ਕਰਨ ਲਈ ਐਡਾ ਕੋਈ ਡਰਮੈਟਿਕ ਨਹੀਂ ਕਿ ਤੁਸੀਂ ਪੂਰੀਆਂ ਉੱਥੇ ਐਡੀਟੋਰੀਅਲ ਲੁੱਕਸ ਕਰਨੀਆਂ ਉਹ ਨਹੀਂ ਕਰਨ ਦੀ ਲੋੜ ਅਗਰ ਉਹ ਕਰਨਾ ਚਾਹੁੰਦੇ ਹੋ ਉਹ ਵੀ ਸਿੱਖ ਲਓ ਪਰ ਥੋੜ੍ਹਾ ਜਿਹਾ ਤੁਹਾਨੂੰ ਜ਼ਰੂਰ ਆਉਣਾ ਚਾਹੀਦਾ ਹੁਣ ਬਲੱਸ਼ ਮੇਰਾ ਮੈਨੂੰ ਦਿਖਣ ਨਹੀਂ ਰਿਹਾ ਥੋੜ੍ਹਾ ਜਿਹਾ ਹੋਰ ਲਾ ਲੈਣੀ ਕਿਉਂਕਿ ਪਾਊਡਰ ਨਾਲ ਸੈਟਲ ਹੋ ਗਿਆ ਇਹ ਬਲੱਸ਼ ਜ਼ਰੂਰ ਟਰਾਈ ਕਰਿਓ ਹੁਣ ਜਦ ਤੇ ਲੈਸ਼ਿਸ ਡਰਾਈ ਹੁੰਦੀਆਂ ਆਪਾਂ ਲਿਪਸਟਿਕ ਲਗਾ ਲੈਂਦੇ ਹਾਂ ਮੈਂ ਬਾਮ ਲਗਾਇਆ ਹੋਇਆ ਨਾ ਆਪਣੇ ਲਿਪਸ 'ਤੇ ਤੁਹਾਨੂੰ ਰਿਮੂਵ ਕਰ ਲਓ ਸੋ ਜਦੋਂ ਤੁਸੀਂ ਬਾਮ ਨੂੰ ਰਿਮੂਵ ਕਰ ਲੈਂਦੇ ਹਾਂ ਤਾਂ ਤੁਹਾਡੇ ਪ੍ਰੋਡਕਟ ਵੀ ਮੂੰਹ ਤੋਂ ਉੱਤਰ ਜਾਂਦਾ ਤਾਂ ਉਹਨੂੰ ਬਰੱਸ਼ ਨਾਲ ਥੋੜ੍ਹਾ ਜਿਹਾ ਸੈਟਲ ਡਾਊਨ ਕਰ ਸਕਦੇ ਹਾਂ ਫਾਊਂਡੇਸ਼ਨ ਬਰੱਸ਼ ਨਾਲ ਸੋ ਲਿਪਸਟਿਕਸ ਨੂੰ ਆਪਾਂ 2 different ਲਿਪਸਟਿਕਸ ਨੂੰ ਮਿਕਸ ਕਰਾਂਗੇ ਪਹਿਲੀ ਲਿਪ ਸ਼ੇਡ ਆ ਹੁਡਾ ਬਿਊਟੀ ਦੀ ਲਿਕੁਇਡ ਲਿਪਸਟਿਕ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਬਹੁਤ ਕੰਫਰਟੇਬਲ ਆ ਕਿ ਤੁਸੀਂ ਪਾਓਗੇ ਲਗਾਓਗੇ ਨਾ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਤੁਸੀਂ ਕੁਝ ਲਾਇਆ ਹੋਇਆ ਐਂਡ ਸਾਰਾ ਦਿਨ ਰਹੂਗੀ ਐਂਡ ਸ਼ੇਡ ਇੰਨਾ ਸੋਹਣਾ ਆ ਬਰਾਊਨ ਸਕਿਨ ਲਈ ਮੈਨੂੰ ਲੱਗਦਾ ਹਰੇਕ ਬੰਦੇ ਦੀ ਸਕਿਨ 'ਤੇ ਅਲੱਗ ਤਰ੍ਹਾਂ ਦੀ ਲੁੱਕ ਦਿੰਦਾ ਆ ਇਹਦਾ ਨਾਮ ਆ ਬੋਮਸ਼ੈਲ ਪ੍ਰੋਡਕਟਸ ਅਗੇਨ ਡਿਸਕ੍ਰਿਪਸ਼ਨ ਬਾਕਸ 'ਚ ਅਗਰ ਤੁਸੀਂ ਦੇਖਣਾ ਚਾਹੋਗੇ ਤਾਂ ਪਰ ਮੈਂ ਬਹੁਤ ਥੋੜ੍ਹੀ ਕੁਆਂਟਿਟੀ ਲਗਾਉਣੀ ਹੈ ਇਹਦੀ ਲਿਪਸ 'ਚ ਪਰਫੈਕਟ ਨੂਡ ਆ ਅਗਰ ਤੁਸੀਂ ਸਮੋਕੀ ਆਈ ਕੀਤੀ ਆ ਨੈਚੁਰਲ ਲੁੱਕ ਚਾਹੁੰਦੇ ਆ ਦਿਨ ਵਾਲੀ ਲੁੱਕ ਆ ਜਾਂ ਤੁਹਾਨੂੰ ਸਿੰਪਲ ਮੇਕਅਪ ਪਸੰਦ ਆ ਪਰਫੈਕਟ ਨੂਡ ਆਏ ਹੁਣ ਮੈਂ ਆਪਣੀ ਫਿੰਗਰ ਦੇ ਨਾਲ ਇਹਨੂੰ ਇੱਧਰ ਉੱਧਰ ਕਰ ਲਾਂਗੀ ਤੁਸੀਂ ਲਿਪ ਲਾਈਨਰ ਨਾਲ ਵੀ ਫਿਕਸ ਕਰ ਸਕਦੇ ਅਗਰ ਕਰਨਾ ਚਾਹੀਏ ਚਾਹੋ ਤਾਂ ਉਹਦੇ ਲਈ ਮੈਂ ਨਾ ਅਗਰ ਯੂਜ਼ ਕਰਨਾ ਹੋਵੇ ਤਾਂ ਮਿਲਾਨੀ ਦਾ ਸਪਾਈਸ ਲਿਪ ਲਾਈਨਰ ਯੂਜ਼ ਕਰਦੀ ਹਾਂ ਕਿਉਂਕਿ ਥੋੜ੍ਹਾ ਡਾਰਕ ਆ ਔਰ ਜਦੋਂ ਤੁਸੀਂ ਡਾਰਕ ਲਗਾਉਂਦੇ ਨਾ ਨੂਡ ਨਾ ਬਹੁਤ
ਸੋ ਜਦੋਂ ਇਹ ਸ਼ੇਡ ਹੋ ਚੁੱਕਾ ਹੈ ਮੈਂ ਲਊਂਗੀ ਸਫੋਰਾ ਦਾ 13 ਨੰਬਰ ਪਿੰਕ ਜਿਹਾ ਲਿਪ ਸ਼ੇਡ ਹੈ ਬਹੁਤ ਬਹੁਤ ਖੂਬਸੂਰਤ ਇਹਨੂੰ ਆਪਣੇ ਲਿਪਸ 'ਤੇ ਮਿਡਲ ਜਿਹੇ 'ਚ ਲਗਾਵਾਂਗੇ ਸਾਡੇ ਖੂਬਸੂਰਤ ਲਿਪਸ ਤਿਆਰ ਆ ਹੁਣ ਸਾਡੀ ਲੈਸ਼ਿਸ ਵੀ ਡਰਾਈ ਹੋ ਚੁੱਕੀਆਂ ਇਸ ਤੋਂ ਪਹਿਲਾਂ ਕਿ ਉਹ ਬਹੁਤ ਜ਼ਿਆਦਾ ਡਰਾਈ ਹੋ ਜਾਣਾ ਸੀ ਉਹਨਾਂ ਨੂੰ ਲਗਾ ਲਈਏ ਲੈਸ਼ਿਸ ਨੂੰ ਟਵੀਜ਼ਰ 'ਤੇ ਲਓ ਨਿੱਕਾ ਸ਼ੀਸ਼ਾ ਲਓ ਔਰ ਆਪਣੀ ਅੱਖ ਦੇ ਨੇੜੇ ਤੋਂ ਨੇੜੇ ਰੱਖ ਲਓ ਜਿਹੜੀ ਤੁਹਾਡੀ ਨੈਚੁਰਲ ਹੇਅਰ ਲਾਈਨ ਆ ਨਾ ਫਿਰ ਕਾਰਨਰਸ ਨੂੰ ਐਡਜਸਟ ਕਰ ਦਿਉ ਹੁਣ ਇੱਥੇ ਸਭ ਤੋਂ ਇੰਪੋਰਟੈਂਟ ਟਿਪ ਆ ਕਿ ਜਦੋਂ ਤੁਹਾਡੀਆਂ ਗਲੂ ਡਰਾਈ ਆ ਨਾ ਸਾਰਾ ਕੁਝ ਆਸਾਨ ਆ ਅਗਰ ਗਲੂ ਗਿੱਲਾ ਆ ਲੈਸ਼ਿਸ ਨੇ ਟਿਕਣਾ ਨਹੀਂ ਅੱਖਾਂ ਦਾ ਮੇਕਅਪ ਖਰਾਬ ਹੋ ਜਾਣਾ ਤੁਹਾਡਾ ਸਾਰਾ ਕੁਝ ਖਰਾਬ ਹੋ ਜਾਣਾ ਸੋ ਗਲੂ ਨੂੰ ਚੰਗੀ ਤਰ੍ਹਾਂ ਡਰਾਈ ਹੋਣ ਦਿਉ ਤਾਂ ਅਤੇ ਕੋਈ ਹੋਰ ਕੰਮ ਕਰ ਲਓ ਇੱਦਾਂ ਹੀ ਅਸੀਂ ਆਵਲੀ ਲਗਾ ਲੈਂਦੇ ਹਾਂ ਇਸ ਮੇਰੀਆਂ ਲੈਸ਼ਿਸ ਨਾ ਬਹੁਤ ਜ਼ਿਆਦਾ ਖੂਬਸੂਰਤ ਆ ਇੱਕ ਵਾਰੀ ਜ਼ਰੂਰ ਜਾ ਕੇ ਦੇਖਿਓ ਅਗਰ ਤੁਸੀਂ ਨਹੀਂ ਖਰੀਦੀਆਂ ਵਿੰਡੋ ਸ਼ੋਪ ਕਰ ਸਕਦੇ ਆ ਪਰ ਮੈਂ ਚਾਹੁੰਦੀ ਹਾਂ ਕਿ ਤੁਹਾਡੀ ਕਲੈਕਸ਼ਨ 'ਚ ਹੋਣੀਆਂ ਚਾਹੀਦੀਆਂ ਵੇਖੋ ਕਿੰਨੀਆਂ ਸੋਹਣੀਆਂ ਇੱਦਾਂ ਤੁਸੀਂ ਸ਼ੀਸ਼ੇ 'ਚ ਚੈੱਕ ਕਰ ਸਕਦੇ ਆ ਕਿ ਤੁਹਾਡੀ ਲੈਸ਼ਿਸ ਸਹੀ ਲੱਗੀਆਂ ਕਿ ਨਹੀਂ ਫਿਰ ਜੇ ਤੁਹਾਡੀਆਂ ਨਹੀਂ ਲੱਗੀਆਂ ਤਾਂ ਤੁਸੀਂ ਫਿਕਸ ਕਰ ਸਕਦੇ ਹੋ ਇਸ ਵੇਲੇ ਮੈਨੂੰ ਇੱਕ ਹੋਰ ਸਟੈਪ ਕਰਨਾ ਬਹੁਤ ਵਧੀਆ ਲੱਗਦਾ ਮੈਂ ਲੋਰੀਅਲ ਦਾ ਇਹ ਫੈਲ ਟਿਪ ਵਾਲਾ ਲਾਈਨਰ ਲੈਣਾ ਇਹਦੇ ਨਾਲ ਨਾ ਮੇਰੀ ਇਨਰ ਟੀਅਰ ਡਕ ਦੇ ਵਿੱਚ ਇੱਕ ਥੋੜ੍ਹਾ ਜਿਹਾ ਕ੍ਰੀਏਟ ਕਰ ਲੈਂਦੇ ਅਰੇਬਿਕ ਕਾਈਂਡ ਦੀ ਉਹਨਾਂ ਨਾਲ ਫਿਰ ਅੱਖਾਂ ਦੀ ਸ਼ੇਪ ਸੋਹਣੀ ਲੱਗਦੀ ਆ ਉੱਥੇ ਲੀਕ ਹੋ ਗਿਆ ਲੀਕ ਹੋ ਗਿਆ ਲਾਈਨਰ ਸ਼ੁਕਰ ਆ ਚਿੱਟੇ ਕੱਪੜੇ ਨਹੀਂ ਪਾਏ ਘਟਨਾ ਹੋ ਗਈ ਦੁਰਘਟਨਾ ਓਕੇ ਸੋ ਲਗਾਵਾਂਗੇ ਆਪਣੇ ਚਿਹਰੇ 'ਤੇ ਚਸਪਿੱਦਾ ਜਿਹਾ ਬਹੁਤ ਜ਼ਿਆਦਾ ਨਹੀਂ ਹੁਣ ਇੱਦਾਂ ਹੀ ਨਾ ਆਪਣੀ ਇੱਧਰ ਵੀ ਅਸੀਂ ਲਾਈਨ ਜੀ ਕ੍ਰੀਏਟ ਕਰ ਲੈਣੀ ਜਿੱਦਾਂ ਲਾਈਨਰ ਲਗਾਇਆ ਹੋਵੇ ਲਗਾਇਆ ਨਹੀਂ ਆ ਪਰ ਐਵੇਂ ਫੇਕ ਲੁੱਕ ਕਿਉਂਕਿ ਮੇਰੀ ਜਿਹੜੀ ਲਿਡ ਦਾ ਏਰੀਆ ਬਹੁਤ ਜ਼ਿਆਦਾ ਨਹੀਂ ਆ ਥੋੜ੍ਹਾ ਜਿਹਾ ਹੁੱਡਡ ਵੀ ਆ ਸੋ ਜੇ ਮੈਂ ਲਾਈਨਰ ਲਗਾਉਂਦੀ ਨਾ ਉਹ ਸਾਰਾ ਏਰੀਆ ਕਵਰ ਹੋ ਜਾਂਦਾ ਅਤੇ ਮੈਂ ਨਾ ਇੱਦਾਂ ਸਾਈਡ 'ਤੇ ਕ੍ਰੀਏਟ ਕਰ ਲੈਂਦੀ ਫੇਕ ਕਰਨ ਲਈ ਐਂਡ ਅੱਖਾਂ ਦਾ ਸਪੇਸ ਵੇਸਟ ਨਹੀਂ ਹੁੰਦਾ ਨਿੱਕਾ ਜਿਹਾ ਲਾਈਨਰ ਕਰ ਲੈਣਾ ਸੀ ਇੱਦਾਂ ਇੱਧਰ ਕਰ ਲਿਆ ਯਾਰ ਇਹ 'ਚੋਂ ਨਿਕਲਣ ਦਿਆ ਆ ਹੋ ਕੇ ਗਿਆ ਵਿਚਾਰੇ ਨੂੰ ਮਰਨ ਵਾਲਾ ਲੱਗਦਾ ਸੋ ਇੱਦਾਂ ਸਾਡੀਆਂ ਖੂਬਸੂਰਤ ਅੱਖਾਂ ਲਾਈਕ ਕਿੰਨੀ ਛੇਤੀ ਤਿਆਰ ਹੋ ਗਈਆਂ ਹੈ ਨਾ ਕਿ ਆਪਾਂ ਬਹੁਤ ਜ਼ਿਆਦਾ ਮਿਹਨਤ ਨਹੀਂ ਕੀਤੀ ਅਤੇ ਇੱਦਾਂ ਤੁਸੀਂ ਵੀ ਕਰ ਸਕਦੇ ਆ ਸੋ ਹੁਣ ਅਸੀਂ ਲੈਸ਼ਿਸ ਵਧੀਆ ਸੋਹਣੀਆਂ ਡਰਮੈਟਿਕ ਕਿਸਮ ਦੀਆਂ ਬਹੁਤੀਆਂ ਡਰਮੈਟਿਕ ਵੀ ਨਹੀਂ ਠੀਕ ਆ ਇੰਨਾ ਸਾਡੀ ਲੁੱਕ ਕਾਫੀ ਗਲੈਮ ਅਪ ਹੋ ਗਈ ਅਗਰ ਤੁਸੀਂ ਲੈਸ਼ਿਸ ਸਿੰਪਲ ਲਗਾਓਗੇ ਤਾਂ ਸਿੰਪਲ ਹੋ ਜਾਏਗੀ ਅਗਰ ਲੈਸ਼ਿਸ ਨੂੰ ਸਕਿੱਪ ਕਰੋਗੇ ਤਾਂ ਐਵਰੀ ਡੇ ਬਣ ਜਾਏਗੀ ਤਾਂ ਹੁਣ ਤੁਹਾਨੂੰ 3-4 ਆਪਸ਼ਨਸ ਦੇ ਦਿੱਤੀਆਂ ਮੈਂ ਇਹ ਲੁੱਕ ਦੇ ਵਿੱਚ ਹੀ ਹੁਣ ਲਿਪਸਟਿਕ ਅਗਰ ਰੈੱਡ ਲਾਓ ਤੁਸੀਂ ਹੋਰ ਜ਼ਿਆਦਾ ਡਰਮੈਟਿਕ ਐਂਡ ਗਲੈਮ ਲੱਗੋਗੇ ਸੋ ਦੋਸਤੋ ਮੇਕਅਪ ਕਰਨਾ ਬਹੁਤਾ ਔਖਾ ਨਹੀਂ ਆ ਇੱਕ ਤਾਂ ਪ੍ਰੈਕਟਿਸ ਕਰੋ ਤੁਹਾਡੇ ਚਿਹਰੇ 'ਤੇ ਕੀ ਸੋਹਣਾ ਲੱਗਦਾ ਔਰ ਤੁਸੀਂ ਯੂ ਨੋ ਕਿੱਦਾਂ ਆਪਣੇ ਆਪ ਨੂੰ ਕੈਰੀ ਕਰਦੇ ਆ ਉਹ ਸਾਰੀਆਂ ਚੀਜ਼ਾਂ ਲਾਈਕ ਇਕੱਠੀਆਂ ਹੋ ਕੇ ਮਦਦ ਕਰਦੀਆਂ ਤੋ ਸੋ ਆਹ ਮੇਰਾ ਮੇਕਅਪ ਆ ਥੋੜ੍ਹਾ ਜਿਹਾ ਮੈਂ ਨਾ ਪੰਜਾਬੀ ਗਹਿਣੇ ਗੱਟੇ ਪਾ ਕੇ ਆਉਂਦੀ ਹਾਂ ਜਾਂ ਫਿਰ ਇੱਥੇ ਬਾਲੀਆਂ ਬਲ ਲੈਂਦੇ ਹਾਂ ਹੈਗੀਆਂ ਇੱਥੇ ਪਈਆਂ ਅਤੇ ਆਪਣੀ ਖੂਬਸੂਰਤੀ 'ਚ 4 ਚੰਦ ਹੋਰ ਲਾਈਏ ਇਹ ਤੋਂ ਬਾਅਦ ਰੋਟੀ ਬਣਾਈ ਹੈ ਥੱਲੇ ਜਾ ਕੇ ਉਹ ਐਕਚੁਲੀ ਰੋਟੀ ਨਹੀਂ ਬਣਾਉਣੀ ਮੈਂ ਨਾ ਸ਼ੋਪ ਗਰੋਸਰੀ ਸ਼ੋਪਿੰਗ ਕਰਨ ਲਈ ਜਾਣਾ ਪਹਿਲਾਂ ਰੋਟੀ ਇਕੱਠੀ ਕਰਨ ਲਈ ਰਾਸ਼ਨ ਲੈਣ ਸੋ ਯੈਸ ਵੀ ਆਰ ਡਨ ਮੈਂ ਵਾਲਾਂ ਨੂੰ ਖੋਲ੍ਹ ਕੇ ਸਟਾਈਲ ਨਹੀਂ ਮਾਰ ਸਕਦੀ ਜ਼ਿਆਦਾ ਕਿਉਂਕਿ ਮੇਰੇ ਵਾਲ ਬਹੁਤ ਓਇਲੀ ਆ ਟਰਾਈ ਕਰ ਸਕਦੇ ਵੈਸੇ ਸਟਾਈਲ ਮਾਰਨ ਦਾ ਵੀ ਵੈਸੇ ਕਈ ਵਾਰ ਓਇਲੀ 'ਚ ਵੀ ਸਟਾਈਲ ਵਧੀਆ ਬਾਜੇ ਸੋ ਇਸ ਤਰ੍ਹਾਂ ਅਸੀਂ ਤਿਆਰ ਹਾਂ ਬਿਊਟੀਫੁਲ ਮੇਕਅਪ ਦੇ ਨਾਲ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੈਨੂੰ ਮੇਰੇ ਸੋਸ਼ਲ ਮੀਡੀਆ 'ਤੇ ਫੋਲੋ ਕਰਿਓ ਅਤੇ ਮੈਨੂੰ ਸੋਸ਼ਲ ਮੀਡੀਆ 'ਤੇ ਮੈਸੇਜ ਵੀ ਕਰ ਸਕਦੇ ਆ ਕਿ ਆਪਾਂ ਜ਼ਿਆਦਾ ਕਨੈਕਟ ਕਰ ਪਾਈਏ ਐਂਡ ਮੈਂ ਸੋਸ਼ਲ ਮੀਡੀਆ 'ਤੇ ਅਲੱਗ ਤੋਂ ਕੰਟੈਂਟ ਵੀ ਅਪਲੋਡ ਕਰਦੀ ਹਾਂ ਉਹ ਤੁਸੀਂ ਮਿਸ ਕਰ ਦਿਓਗੇ ਅਗਰ ਮੈਨੂੰ ਸੋਸ਼ਲ ਮੀਡੀਆ 'ਤੇ ਫੋਲੋ ਨਹੀਂ ਕਰੋਗੇ ਮੈਂ ਮਿਲੂੰਗੀ ਤੁਹਾਨੂੰ ਨਵੀਂ ਵੀਡੀਓ 'ਚ ਤਦ ਤੱਕ ਆਪਣਾ ਖਿਆਲ ਰੱਖਿਓ ਔਰ ਬਿਲਕੁਲ ਮਤ ਭੁੱਲਿਓ ਦੋਸਤੋ ਤੁਸੀਂ ਬਹੁਤ ਜ਼ਿਆਦਾ ਸੋਹਣੇ ਆ ਜਿੱਦਾਂ ਦੇ ਵੀ ਆ ਤੁਸੀਂ ਇਸ ਧਰਤੀ 'ਤੇ ਕੁਝ ਵੀ ਹਾਸਲ ਕਰ ਸਕਦੇ ਆ ਅਗਰ ਤੁਸੀਂ ਕਰਨਾ ਚਾਹੋ ਤੁਹਾਨੂੰ ਕਰਨਾ ਕੀ ਆ ਇੱਕ ਸੋਚ ਕ੍ਰੀਏਟ ਕਰਨੀ ਆ ਅਤੇ ਉਹਦੇ 'ਤੇ ਕੰਮ ਕਰਨਾ ਆ ਬਸ ਆਸਾਨ ਆ ਨਾ ਬਹੁਤ ਹੀ ਆਸਾਨ ਆ ਚੰਗਾ ਪਿਆਰੇ ਦੋਸਤੋ ਆਈ ਲਵ ਯੂ ਗਾਇਜ਼ ਸੋ ਵੈਰੀ ਮੱਚ ਬਾਏ ਜਦੋਂ ਮੈਂ ਘਰ ਦੇ ਵਿੱਚ ਕੁਝ ਨਾ ਕਰਨਾ ਹੋਵੇ ਉਦੋਂ ਮੇਰੇ ਵਾਲ ਬਹੁਤ ਸੋਹਣੇ ਹੁੰਦੇ ਆ ਪਰ ਜਦੋਂ ਮੈਂ ਵੀਡੀਓ ਬਣਾਉਣੀ ਹੋਵੇ ਸਪੈਸ਼ਲੀ ਮੇਕਅਪ ਦੀ ਤਾਂ ਮੇਰੇ ਵਾਲਾਂ 'ਚੋਂ ਇੱਦਾਂ ਤੇਲ ਨਿਕਲਦਾ ਹੈ ਨਾ ਕਿ ਜਿੱਦਾਂ ਇੱਥੋਂ ਹੀ ਕੱਢ ਕੇ ਸਬਜ਼ੀਆਂ ਬਣਾ ਲਓ ਪਤਾ ਨਹੀਂ ਉਹ ਦਿਨ ਮੈਂ ਕਿਉਂ ਮਿਸ ਕਰ ਦਿੰਦੀ ਉਵੇਂ ਮੈਂ ਕੁਝ ਵੀ ਨਹੀਂ ਕਰਨਾ ਹੁੰਦਾ ਘਰ ਹੀ ਰਹਿਣਾ ਹੁੰਦਾ ਕਿਤੇ ਬਾਹਰ ਨਹੀਂ ਜਾਣਾ ਹੁੰਦਾ ਜਿੱਦਣ ਬਾਹਰ ਜਾਣਾ ਹੋਵੇ ਤਾਂ ਵਾਲ ਇੱਦਾਂ ਚੁੱਪੜੇ ਬਣ ਜਾਂਦੇ ਆ ਕਿ ਇਸ ਦੁਖਦਾਈ ਸਿਚੁਏਸ਼ਨ ਦਾ ਸਾਹਮਣਾ ਤੁਹਾਨੂੰ ਵੀ ਕਰਨਾ ਪੈਂਦਾ ਜਾਂ ਮੈਂ ਹੀ ਇਕੱਲੀ ਹਾਂ ਜਿਹਨੂੰ ਜਦੋਂ ਕਿਤੇ ਜਾਣਾ ਹੋਵੇ ਉਦੋਂ ਉਹਦਾ ਮੂੰਹ ਵੀ ਖਰਾਬ ਹੁੰਦਾ ਮੂੰਹ 'ਤੇ ਪਿੰਪਲਸ ਵੀ ਹੁੰਦੇ ਆ ਅਤੇ ਵਾਲਾਂ 'ਚੋਂ ਵੀ ਇੱਦਾਂ ਤੇਲ ਨਿਕਲਿਆ ਹੁੰਦਾ ਕਿ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ